ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਜੀ ਦਾ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਸੰਗਤ ਕਰਨ ਦਾ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸੁਣਨ ਦਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਹਜ਼ੂਰ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਆਪ ਜੀ ਭਾਈ ਜਸਵੀਰ ਸਿੰਘ ਜੀ ਦੇ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀਗੇ। ਹਮ ਇਹ ਕਾਜ ਜਗਤ ਮੋਹ ਆਏ ਧਰਮ ਹੇਤ ਗੁਰਦੇਵ ਪਠਾਏ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਉਣ ਦੇ ਕਾਰਨ ਜਿੱਥੇ ਵਰਣਨ ਕਰਦੇ ਹੈ ਉੱਥੇ ਗਰੀਬ ਨਵਾਜ ਜੀ ਨੇ ਆਪਣੇ ਆਉਣ ਦਾ ਇੱਕ ਸਬਾਬੇ ਵੀ ਦੱਸਿਆ ਹੈ। ਕਹਿਣ ਲੱਗੇ ਅਸੀਂ ਇਸ ਸੰਸਾਰ ਦੇ ਵਿੱਚ ਆਪਣੇ ਪਿਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਰਮ ਦੇ ਹੇਤ ਜਿੱਥੇ ਸਰੀਰ ਵਾਰਨ ਵਾਸਤੇ ਬੇਨਤੀ ਕੀਤੀ ਉੱਥੇ ਹੋਰ ਬੇਅੰਤ ਕਾਰਜਾਂ ਦਾ ਮਹਾਰਾਜ ਜ਼ਿਕਰ ਕਰਦੇ ਹੈ। ਇਹ ਵੀ ਦੱਸਦੇ ਹੈ ਸਾਨੂੰ ਸਾਡੇ ਗੁਰਦੇਵ ਨੇ ਧਰਮ ਵਾਸਤੇ ਇਸ ਕਾਰਜ ਵਿੱਚ ਇਸ ਸੰਸਾਰ ਵਿੱਚ ਭੇਜਿਆ ਹੈ ਕਿਉਂਕਿ ਅੱਜ ਸਾਧ ਸੰਗਤ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦੇਣਾ ਹੈ। 12 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦੇਣਾ ਹੈ। ਸੋ ਭਾਈ ਸਾਹਿਬ ਉਸ ਸੰਬੰਧ ਵਿੱਚ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰਾ ਰਹੇ ਸਨ। ਆਓ ਸਭ ਸੰਗਤਾਂ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਪਿਆਰ ਸਤਿਕਾਰ ਨਾਲ ਦਾਸ ਜੀ ਅਤੇ ਆਪਣੀ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ ਵਿੱਚ ਲਵਾਈਏ। ਪਿਆਰ ਸਤਿਕਾਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਇਹਨਾਂ ਦਿਨਾਂ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਹਜ਼ੂਰ ਗਰੀਬ ਨਵਾਜ ਰਾਏ ਕੱਲੇ ਦੇ ਕੋਲ ਪਹੁੰਚੇ ਹੈ। ਨੂਰੇ ਮਾਹੀ ਨੂੰ ਰਾਏ ਕੱਲੇ ਨੇ ਸਰਹੰਦ ਭੇਜਿਆ। ਮਹਾਰਾਜ ਨੇ ਕਿਹੜੀ ਕਲਾ ਵਰਤੀ ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜਾਣਦੇ ਹੈ। ਦੋ ਪਹਿਰ ਹੋਏ ਹੈ ਮਹਾਰਾਜ ਸੱਚੇ ਪਾਤਸ਼ਾਹ ਰਾਏ ਕੱਲੇ ਨੂੰ ਕਹਿੰਦੇ ਹੈ, ਰਾਏ ਕੱਲੇ ਨੂਰਾ ਅਜੇ ਆਇਆ ਨਹੀਂ ਹੈ। ਸਾਧ ਸੰਗਤ ਜੀ ਰਾਏ ਕੱਲੇ ਨੇ ਬੇਨਤੀ ਕੀਤੀ ਹੈ, ਮਹਾਰਾਜ 80 ਕੋਹ ਦਾ ਪੈਂਡਾ ਹੈ, 4-5 ਦਿਨ ਲੱਗਣਗੇ ਸਫ਼ਰ ਵਿੱਚ,
ਅਜੇ ਕਿੱਥੋਂ ਰਾਏ ਇਕੱਲਾ ਆ ਗਿਆ। ਸਤਿਗੁਰੂ ਜੀ, ਸਾਧ ਸੰਗਤ ਜੀ, ਦੋ ਘੜੀਆਂ ਬਾਅਦ ਫਿਰ ਬਚਨ ਕਰਦੇ ਆ। ਮਹਾਰਾਜ ਕਹਿੰਦੇ ਆ, ਵੇਖ ਨੂਰੇ ਅਜੇ ਆਇਆ ਨਹੀਂ ਹੈ। ਵਾਹਿਗੁਰੂ ਰਾਏ ਇਕੱਲੇ, ਵੇਖ ਨੂਰਾ ਮਾਹੀ ਆਇਆ ਨਹੀਂ ਹੈ। ਸਤਿ ਸੰਗਤ ਜੀ, ਰਾਏ ਇਕੱਲੇ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੇ ਬਹੁਤਾ ਜ਼ੋਰ ਲਾਵੇ ਨੂਰਾ ਕੱਲ੍ਹ ਸ਼ਾਮ ਨੂੰ ਵਾਪਸ ਆਏਗਾ, ਨਾ ਕਿਤੇ ਰੁਕੇ, ਭੱਜਿਆ ਹੀ ਜਾਵੇ ਅਤੇ ਭੱਜਿਆ ਹੀ ਆਵੇ ਅਤੇ ਖਬਰ ਲੈ ਕੇ ਵੀ ਨਾ ਰੁਕੇ ਅਤੇ ਕੱਲ੍ਹ ਆਏਗਾ। ਮਹਾਰਾਜ ਨੇ ਤੀਜੀ ਵਾਰੀ ਕੁਝ ਸਮੇਂ ਬਾਅਦ ਫਿਰ ਕਹਿ ਦਿੱਤਾ। ਮਹਾਰਾਜ ਕਹਿੰਦੇ, ਰਾਏ ਵੇਖ ਨੂਰਾ ਆਇਆ ਕਿ ਨਹੀਂ ਆਇਆ। ਸਤਿ ਸੰਗਤ ਜੀ, ਇਹਨੂੰ ਇਹ ਨਾ ਸਮਝ ਲਿਓ, ਸੁਣਨ ਵਾਲੇ ਇਹ ਸੋਚ ਲੈਂਦੇ ਹੋਣ ਵੀ ਮਹਾਰਾਜ ਮੋਹ ਵਿੱਚ ਬੱਧੇ ਗਏ ਆ ਅਤੇ ਮਹਾਰਾਜ ਬਾਰ ਬਾਰ ਸ਼ਾਇਦ ਬੱਚਿਆਂ ਦੇ ਸੰਦੇਸ਼ੇ ਕਰਕੇ ਕਹਿ ਰਹੇ ਆ। ਪਤਾ ਤਾਂ ਮਹਾਰਾਜ ਨੂੰ ਸਾਰਾ ਕੁਝ ਹੈ, ਮਨੁੱਖਾਂ ਦੀ ਲੀਲਾ ਧਾਰਨ ਕਰ ਰਹੇ ਆ। ਇਹ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਛ ਜਾਣਦੇ ਆ, ਕੇਵਲ ਦੂਜਿਆਂ ਨੂੰ ਪਤਾ ਲੱਗ ਜਾਏ ਇਹ ਨੂਰੇ ਮਾਹੀ ਦੀ ਖੇਡ ਹੀ ਮਹਾਰਾਜ ਵਰਤਾ ਰਹੇ ਹੈ। ਬਾਕੀ ਲੰਮਾ ਸਮਾਂ ਮਹਾਰਾਜ ਇਸ ਅਸਥਾਨ 'ਤੇ ਬਹਿਣ ਅਤੇ ਨੂਰੇ ਮਾਹੀ ਨੂੰ ਉਡੀਕਣ, ਕਾਰਜ ਬਹੁਤ ਜ਼ਿਆਦਾ ਕਰਨੇ ਹੈ ਅਤੇ ਸਮਾਂ ਸਤਿਗੁਰਾਂ ਦੇ ਕੋਲ ਬਹੁਤ ਥੋੜ੍ਹਾ ਹੈ। ਇਸ ਕਰਕੇ ਮਹਾਰਾਜ ਬਹੁਤ ਜਲਦੀ ਇਹ ਕਾਰਜ ਕਰਾਉਣਾ ਚਾਹੁੰਦੇ ਹੈ। ਸਤਿਗੁਰੂ ਨੇ ਨੂਰੇ ਮਾਹੀ ਨੂੰ ਸਮਰੱਥਾ ਦਿੱਤੀ, ਬਖਸ਼ਿਸ਼ ਦਿੱਤੀ, ਤਾਕਤ ਦਿੱਤੀ। ਪਿਆਰਿਓ, ਰਾਏ ਇਕੱਲੇ ਨੇ ਸੋਚਿਆ ਤੀਜੀ ਵਾਰੀ ਮਹਾਂਪੁਰਖਾਂ ਦਾ ਬਚਨ ਨਹੀਂ ਟਾਲਣਾ ਚਾਹੀਦਾ। ਕੋਈ ਮਹਾਂਪੁਰਖ ਤਿੰਨ ਵਾਰ ਬਚਨ ਕਹਿ ਦੇਣ, ਉਹਨਾਂ ਦਾ ਤੀਜੀ ਵਾਰੀ ਬਚਨ ਨਹੀਂ ਟਾਲਣਾ ਚਾਹੀਦਾ। ਮੈਂ ਕਿਸੇ ਨਾ ਕਿਸੇ ਨੂੰ ਰੁੱਖ 'ਤੇ ਚੜ੍ਹਾ ਦੇਣਾ, ਗੁਰੂ ਸਾਹਿਬ ਸਮਰੱਥ ਹੈ, ਕੋਈ ਨਾ ਕੋਈ ਤਾਂ ਕਾਰਨ ਹੋਏਗਾ ਹੀ, ਨਾਲੇ ਸਾਡਾ ਕਿਹੜਾ ਕੋਈ ਪੈਸੇ ਲੱਗਣੇ ਹੈ। ਇੱਕ ਮਨੁੱਖ ਉੱਤੇ ਚੜ੍ਹ ਕੇ ਬਹਿ ਜਾਂਦਾ, ਜਦੋਂ ਸਾਧ ਸੰਗਤ ਜੀ ਉਹ ਮਨੁੱਖ ਉੱਤੇ ਚੜ੍ਹ ਕੇ ਜਾ ਕੇ ਬੈਠ ਗਿਆ, ਉਹਨੇ ਵੇਖਿਆ ਨੂਰਾ ਮਾਹੀ ਦੂਰੋਂ ਆ ਰਿਹਾ ਸੀਗਾ ਜੀ। ਉਹ ਇੱਕਦਮ ਕਹਿਣ ਲੱਗ ਪਿਆ, ਉਹ ਨੂਰਾ ਆ ਰਿਹਾ। ਸਾਰੇ ਸੁਣ ਕੇ ਹੈਰਾਨ ਹੋ ਗਏ, ਇੰਨਾ ਵੱਡਾ ਸਫ਼ਰ ਨੂਰਾ ਮਾਹੀ ਕਿਵੇਂ ਇੱਕ ਦਿਨ ਤੋਂ ਪਹਿਲਾਂ ਵਾਪਸ ਆ ਗਿਆ। ਜਦੋਂ ਨੂਰਾ ਮਾਹੀ ਵਾਪਸ ਆਇਆ, ਨੂਰੇ ਮਾਹੀ ਨੇ ਮੁੱਖ ਢੱਕ ਲਿਆ, ਨੂਰੇ ਮਾਹੀ ਨੇ ਬੈਰਾਗ ਕੀਤਾ। ਮਹਾਰਾਜ ਕਹਿੰਦੇ, ਨੂਰੇ ਕੀ ਸੰਦੇਸ਼ਾ ਲੈ ਕੇ ਆਇਆ? ਨੂਰੇ ਮਾਹੀ ਨੇ ਦੱਸਿਆ, ਮਹਾਰਾਜ ਸਰਹੰਦ ਦੇ ਵਿੱਚ ਆਪ ਜੀ ਦੇ ਦੋਵੇਂ ਛੋਟੇ ਲਾਲ ਸ਼ਹੀਦ ਕਰ ਦਿੱਤੇ ਗਏ ਹਨ, ਮਾਤਾ ਜੀ ਸ਼ਹੀਦ ਹੋ ਚੁੱਕੇ ਹਨ। ਕਹਿੰਦੇ ਆ, ਜਦੋਂ ਇਹ ਬਚਨ ਸੁਣਿਆ ਮਹਾਰਾਜ ਤੇ ਸ਼ਾਂਤੀ ਸਨ, ਪਰ ਸਾਧ ਸੰਗਤ ਜੀ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜੇ ਸਿੰਘ ਸਨ, ਇਕਦਮ ਸੰਨਾਟਾ ਛਾ ਗਿਆ। ਇਹ ਕਿਹੜੀ ਖਬਰ ਹੈ ਜਿਹੜੀ ਨੂਰੇ ਮਾਹੀ ਨੇ ਸਾਡੇ ਕੰਨਾਂ ਵਿੱਚ ਆਣ ਪਾਈ ਹੈ? ਮਨ ਵਿੱਚ ਧਰਵਾਸਾ ਸੀਗਾ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ, ਹੁਣ ਤਾਂ ਸਤਿਗੁਰੂ ਜੀ ਦੇ ਚਾਰੇ ਲਾਲਾਂ ਵਿੱਚੋਂ ਇੱਕ ਵੀ ਲਾਲ ਸਰੀਰ ਕਰਕੇ ਪੰਥ ਵਿੱਚ ਨਹੀਂ ਰਿਹਾ। ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰਿਆਂ ਨੂੰ ਅਤੇ ਭਾਈ ਮਾਨ ਸਿੰਘ ਜੀ, ਐਂ ਸੰਨਾਟਾ ਛਾ ਗਿਆ। ਰਾਏ ਇਕੱਲੇ ਨੇ ਪੁੱਛਿਆ, ਨੂਰੇ ਤੂੰ ਸਾਰੀ ਵਾਰ ਤਾਂ ਪਤਾ ਕਰਕੇ ਆਇਆ? ਨੂਰਾ ਕਹਿਣ ਲੱਗਾ, ਜੀ ਹਾਂ, ਜਿਤਨੀ ਕੁ ਹੋ ਸਕਿਆ ਸਾਰੀ ਵਾਰ ਤਾਂ ਪਤਾ ਕਰਕੇ ਆਇਆ। ਪੁੱਛਦੇ ਹੈ, ਕਹਿੰਦੇ ਫਿਰ ਇਹ ਦੱਸ, ਮਾਤਾ ਜੀ ਅਤੇ ਸਾਹਿਬਜ਼ਾਦੇ ਉਹਨਾਂ ਤੁਰਕਾਂ ਦੇ ਕਾਬੂ ਕਿਵੇਂ ਆਏ? ਸਤਿ ਸੰਗਤ ਜੀ, ਉਹ ਕਥਾ ਕੱਲ੍ਹ ਆਪ ਜੀ ਨੇ ਸਰਵਣ ਕੀਤੀ ਸੀ। ਨੂਰੇ ਨੇ ਦੱਸਿਆ ਕਿਵੇਂ ਗੰਗੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਨੌਕਰੀ ਕਰਦਾ ਸੀਗਾ, ਕਿਵੇਂ ਉਸ ਪਾਪੀ ਦਾ ਮਨ ਲੋਭ ਕਰਕੇ ਬਦਲ ਗਿਆ, ਮਾਤਾ ਜੀ ਨੂੰ ਆਪਣੇ ਘਰ ਵਿੱਚ ਲੈ ਗਿਆ, ਧਨ ਦੀ ਇੱਕ ਥੈਲੀ ਲੁਕਾ ਲਈ। ਮਾਤਾ ਜੀ ਨੇ ਤਾਂ ਸਹਿਜ ਸੁਭਾਅ ਹੀ ਬਚਨ ਕੀਤਾ ਸੀਗਾ ਕਿ ਗੰਗੂ ਸਾਂਭ ਲਿਆ ਨਾ ਧਨ ਇੱਕ ਪਾਸੇ, ਕਿਉਂਕਿ ਤੂੰ ਆਪ ਹੀ ਕਹਿੰਦਾ ਵੀ ਸਾਡੇ ਪਿੰਡ ਵਿੱਚ ਚੋਰ ਹੈ। ਅਤੇ ਗੰਗੂ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ,
ਤੁਸੀਂ ਮੇਰੇ 'ਤੇ ਇਲਜ਼ਾਮ ਲਾ ਰਹੇ ਹੋ ਚੋਰੀ ਦਾ, ਮੇਰੇ 'ਤੇ ਦੋਸ਼ ਲਾ ਰਹੇ ਹੋ। ਮਾਤਾ ਜੀ ਬਾਰ ਬਾਰ ਕਹਿਣ, ਗੰਗੂ ਗੱਲ ਹੌਲੀ ਕਰ, ਤੇਰੇ 'ਤੇ ਦੋਸ਼ ਨਹੀਂ ਲਾਇਆ, ਤੂੰ ਗੱਲ ਹੌਲੀ ਕਰ, ਇੱਥੇ ਪੱਤਾ ਪੱਤਾ ਇਹਨਾਂ ਬੱਚਿਆਂ ਦਾ ਵੈਰੀ ਬਣਿਆ ਹੋਇਆ। ਪਰ ਸਾਧ ਸੰਗਤ ਗੰਗੂ ਟਲਿਆ ਨਹੀਂ, ਉਹਨੇ ਸੋਚਿਆ ਮਾਇਆ 'ਤੇ ਚੋਰੀ ਕਰ ਹੀ ਲਈ ਹੈ, ਸਾਹਿਬਜ਼ਾਦਿਆਂ ਨੂੰ ਫੜਾ ਕੇ ਅਤੇ ਸਰਕਾਰ ਪਾਸੋਂ ਵੀ ਇਨਾਮ ਪ੍ਰਾਪਤ ਕਰਾਂ। ਇਹ ਸਾਰੀ ਖਬਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰੂ ਕੇ ਸਿੰਘ ਰਾਏ ਕੱਲਾ ਅਤੇ ਸਿੱਖ ਸੰਗਤਾਂ ਨੂਰੇ ਮਾਹੀ ਦੇ ਮੁੱਖੋਂ ਸਾਧ ਸੰਗਤ ਜੀ ਸਰਵਣ ਕਰ ਰਹੀਆਂ ਨੇ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਚੱਲਣਾ ਹੈ। ਆਓ ਬੜੇ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਸਾਰੇ ਆਖੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹਾਂਜੀ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਉੱਚੇ ਬੋਲਤ ਗ੍ਰਾਮ ਮੈਂ ਗਮ ਨਿਓ ਸਹਿਨਾਸਾਈ, ਜਹਾਂ ਚੌਧਰੀ ਕੋ ਸਦਨ ਤਾਹੇ ਜਾਏ ਜਨਾਈ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸੁਣ ਰਹੇ ਹੈ, ਨੂਰਾ ਮਾਹੀ ਸੁਣਾ ਰਿਹਾ ਮਹਾਰਾਜ। ਗੰਗੂ ਧਨ ਦੇ ਲੋਭ ਵਿੱਚ ਆ ਕੇ ਉੱਚੀ ਉੱਚੀ ਬੋਲਣ ਲੱਗ ਪਿਆ, ਆਵਾਜ਼ ਉੱਥੋਂ ਤੱਕ ਪਹੁੰਚ ਗਈ ਜਿੱਥੇ ਖੇੜੀ ਪਿੰਡ ਦਾ ਚੌਧਰੀ ਰਹਿੰਦਾ ਸੀ। ਤਿਸ ਕੋ ਲੇਕਰ ਸੰਗ ਮਹਿ ਗਿਣਤੀ ਇਮਕੀਨੀ। ਸਾਧ ਸੰਗਤ ਚੌਧਰੀ ਨੂੰ ਆਪਣੇ ਨਾਲ ਲੈ ਕੇ ਬੜੇ ਭਲੇ ਪ੍ਰਕਾਰ ਫਿਰ ਉਸ ਗੰਗੂ ਦੁਸ਼ਟ ਪਾਪੀ ਨੇ ਗਿਣਤੀ ਕੀਤੀ ਹੈ। ਚੱਲੋ ਬਤਾਵਹਿ ਮੋਰਿੰਡੇ ਸਭ ਭੇਵ ਜੋ ਚੀਨੀ। ਗਿਣਤੀ ਦਾ ਅਰਥ ਹੈ ਵਿਚਾਰ ਕੀਤੀ ਹੈ, ਕੀ ਵਿਚਾਰ ਕੀਤੀ ਹੈ। ਚੌਧਰੀ ਨੂੰ ਕਹਿਣ ਲੱਗਾ ਚੌਧਰੀ ਸਾਹਿਬ ਆਓ, ਗੁਰੂ ਗੋਬਿੰਦ ਸਿੰਘ ਦੀ ਮਾਤਾ ਅਤੇ ਉਹਨਾਂ ਦੇ ਬੱਚੇ ਮੇਰੇ ਕੋਲ ਨੇ, ਆਓ ਜਾ ਕੇ ਖਬਰ ਦਈਏ, ਆ ਜਾਓ, ਆਓ ਜਾ ਕੇ ਖਬਰ ਦਈਏ, ਆਓ। ਸਾਧ ਸੰਗਤ ਜੀ ਚੌਧਰੀ ਨੂੰ ਉਸ ਦੁਸ਼ਟ ਨੇ ਆਪਣੇ ਨਾਲ ਤਿਆਰ ਕੀਤਾ। ਲੇ ਇਨਾਮ ਧਨ ਤੁਰਕ ਤੇ ਦੇ ਬਹੁ ਵਡਿਆਈ। ਪਤਾ ਚੌਧਰੀ ਨੂੰ ਕੀ ਆਖਿਆ, ਕਹਿਣ ਲੱਗਾ ਚੌਧਰੀ ਨਾਲੇ ਅਸੀਂ ਆਪ ਇਨਾਮ ਲਵਾਂਗੇ, ਨਾਲੇ ਸਾਨੂੰ ਤੁਰਕ ਵਡਿਆਈ ਦੇਣਗੇ। ਕਿਉਂਕਿ ਸਾਰਿਆਂ ਨੇ ਯਤਨ ਕੀਤਾ ਮਹਾਰਾਜ ਨੂੰ ਪਕੜਨ ਦਾ, ਉਹ ਨਹੀਂ ਪਕੜੇ ਗਏ ਤਾਂ ਉਹਨਾਂ ਦੀ ਮਾਤਾ ਹੀ ਸਹੀ, ਸਾਹਿਬਜ਼ਾਦਾ ਹੀ ਸਹੀ, ਸਰਕਾਰ ਸਾਡੇ 'ਤੇ ਕਿੰਨੀ ਖੁਸ਼ ਹੋਏਗੀ। ਆਵਾਜ਼ ਕਰੋ। ਹਾਂਜੀ। ਗੁਰ ਅਰ ਕੀ ਮਾਤਾ ਤਨੁਜ ਗਹਿ ਕੇ ਹਰਖਾਈ। ਕਹਿਣ ਲੱਗੇ ਗੁਰੂ ਸਾਹਿਬ ਉਹਨਾਂ ਦੀ ਮਾਤਾ ਅਤੇ ਉਹਨਾਂ ਦੇ ਬੱਚਿਆਂ ਦੀ ਖਬਰ ਜਦੋਂ ਅਸੀਂ ਤੁਰਕਾਂ ਨੂੰ ਜਾ ਕੇ ਦੱਸਾਂਗੇ ਤੇ ਤੁਰਕ ਸਾਡੇ ਤੇ ਬਹੁਤ ਪ੍ਰਸੰਨ ਹੋਣਗੇ। ਹਾਂਜੀ। ਇਮ ਸਲਾਹ ਦੋਨੋਂ ਕਰੀ ਤੂਰਨ ਤਬ ਧਾਏ। ਬਸ ਨੂਰਾ ਮਾਹੀ ਸਤਿਗੁਰੂ ਜੀ ਨੂੰ ਦੱਸ ਰਿਹਾ ਮਹਾਰਾਜ, ਇਹ ਦੋਵਾਂ ਨੇ ਸਲਾਹ ਕਰ ਲਈ ਤੇ ਦੋਵੇਂ ਭੱਜੇ ਭੱਜੇ ਉੱਥੇ ਗਏ ਹੈ ਜਿੱਥੇ ਤੁਰਕਾਂ ਦੀ ਫੌਜ ਬੈਠੀ ਹੈ। ਤਹ ਸੈਨਾ ਕੁਛ ਤੁਰਕ ਕੀ ਖੋਜਨ ਹਿਤ ਆਏ। ਉੱਥੇ ਪਹੁੰਚ ਗਏ ਜਿੱਥੇ ਤੁਰਕਾਂ ਦੀ ਫੌਜ ਬੈਠੀ ਹੋਈ ਸੀਗੀ, ਉਹਨਾਂ ਫੌਜਾਂ ਨੂੰ ਜਾ ਕੇ ਦੱਸਿਆ ਉੱਧਰ ਪਿਆਰਿਓ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਕੱਲੇ ਘਰ ਵਿੱਚ ਰਹਿ ਗਏ ਹੈ, ਬਾਹਰ ਕੁਝ ਬੰਦੇ ਬਿਠਾਏ ਹੈ। ਸਾਹਿਬਜ਼ਾਦੇ ਪੁੱਛਦੇ ਹੈ ਮਾਤਾ ਜੀ ਨੂੰ, ਦਾਦੀ ਮਾਂ ਇਹ ਕੀ ਹੋਣ ਲੱਗਾ? ਅਤੇ ਧੰਨ ਮਾਤਾ ਗੁਜਰੀ ਜੀ ਕਹਿੰਦੇ ਪੁੱਤਰ ਹੁਣ ਸਿਦਕ ਨਾ ਡੁਲਾਇਓ, ਭਾਣੇ ਵਰਤਣ ਵਾਲੇ ਨੇ। ਉਹਦਾ ਕਾਰਨ ਇਹ ਹੈ ਦੋ ਤਿੰਨ ਦਿਨਾਂ ਤੋਂ ਦਾਦੀ ਮਾਤਾ ਤੁਰਕਾਂ ਤੋਂ ਆਪਣੇ ਇਹਨਾਂ ਦੋ ਲਾਲਾਂ ਨੂੰ ਬਚਾ ਕੇ ਰੱਖ ਰਹੀ ਸੀਗੀ, ਪਰ ਹੁਣ ਘਰ ਦਾ ਹੀ ਭੇਦੀ ਪੈਸਿਆਂ ਦੇ ਲੋਭ ਵਿੱਚ ਉੱਚੀ ਉੱਚੀ ਰੌਲਾ ਪਾ ਕੇ ਤੁਰਕਾਂ ਨੂੰ ਖਬਰ ਸੁਣਾਉਣ ਚਲੇ ਗਿਆ ਹੈ। ਧੰਨ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਕਹਿਣ ਲੱਗੇ ਬੱਚਿਓ ਮੇਰੇ ਉਹ ਲਾਲੋ ਹੁਣ ਭਾਣਾ ਵਰਤਣ ਵਾਲਾ ਹੈ, ਬਸ ਆਪਣੇ ਸਿਦਕ ਨੂੰ ਨਾ ਡੁਲਾਇਓ।
ਹਾਂਜੀ ਗ੍ਰਾਮ ਮੋਰਿੰਡੇ ਪਹੁੰਚ ਕੇ ਦੋਨੋਂ ਅਗਵੰਤੇ ਸਾਧ ਸੰਗਤ ਜੀ ਉਹ ਦੋਵੇਂ ਹੀ ਕੌਣ ਦੁਸ਼ਟ ਗੰਗੂ ਪਾਪੀ ਅਤੇ ਉਹ ਮੋਰਿੰਡ ਵਾਹਿਗੁਰੂ ਚੌਧਰੀ ਇਹ ਦੋਵੇਂ ਫਿਰ ਮੋਰਿੰਡੇ ਪਿੰਡ ਵਿੱਚ ਪਹੁੰਚੇ ਮੋਰਿੰਡੇ ਪਿੰਡ ਵਿੱਚ ਹਾਂਜੀ ਸੈਨਪਤੀ ਕੇ ਨਿਕਟ ਗਏ ਹਿਤ ਕਹਿਣ ਬਰਤੰਤੇ ਉੱਥੇ ਇੱਕ ਸੈਨਾਪਤੀ ਸੀਗਾ ਸੈਨਾਪਤੀ ਨੂੰ ਜਾ ਕੇ ਦੁਸ਼ਟ ਗੰਗੂ ਨੇ ਅਤੇ ਪਿੰਡ ਦੇ ਚੌਧਰੀ ਨੇ ਜਾ ਕੇ ਖਬਰ ਸੁਣਾਈ ਜੀ ਸੁਣੋ ਮੀਆਂ ਜੀ ਬਖਸ਼ੀਏ ਕੁਛ ਹਮੇ ਇਨਾਮਾਂ ਮਹਾਰਾਜ ਨੂੰ ਨੂਰਾ ਮਾਹੀ ਦੱਸਦਾ ਕਹਿੰਦਾ ਮਹਾਰਾਜ ਜੋ ਮੈਂ ਸੁਣਿਆ ਉਹ ਦੱਸ ਰਿਹਾ ਗੰਗੂ ਜਾ ਕੇ ਸੈਨਾਪਤੀ ਨੂੰ ਕਹਿਣ ਲੱਗਾ ਮੀਆਂ ਜੀ ਸਾਨੂੰ ਇਨਾਮ ਦਿਓ ਸਾਡੇ ਵੱਲ ਇਨਾਮ ਬਣਦਾ ਹੈ ਹਾਂਜੀ ਗੁਰ ਕੀ ਮਾਤਾ ਪੁੱਤਰ ਦਵੈ ਲਿਆਏ ਨਿਜ ਧਾਮਾਂ ਉਹ ਪੁੱਛਦਾ ਵੀ ਇਨਾਮ ਕਾਹਦਾ ਮੰਗਦੇ ਹੋ ਇੱਧਰ ਤੇ ਮਾਤਮ ਪਿਆ ਇੰਨੀਆਂ ਲੱਖਾਂ ਫੌਜਾਂ ਬਾਦਸ਼ਾਹ ਦੀਆਂ ਮਰਨ ਦੀਆਂ ਤੁਸੀਂ ਕਾਹਦਾ ਇਨਾਮ ਮੰਗਦੇ ਹੋ ਵਾਹਿਗੁਰੂ ਬਖਸ਼ ਲਵੇ ਸਾਧ ਸੰਗਤ ਜੀ ਗੰਗੂ ਵਰਗੇ ਦੁਸ਼ਟ ਤੇ ਪਾਪੀ ਕਿਸੇ ਵੀ ਕੌਮ ਵਿੱਚ ਪੈਦਾ ਨਾ ਹੋਣ ਜੀ ਗੰਗੂ ਵਰਗੇ ਦੁਸ਼ਟ ਪਾਪੀ ਲੋਕ ਕਿਸੇ ਕੌਮ 'ਚ ਨਾ ਪੈਦਾ ਹੋਣ ਗੰਗੂ ਕਹਿਣ ਲੱਗਾ ਜੀ ਗੁਰੂ ਗੋਬਿੰਦ ਸਿੰਘ ਦੀ ਮਾਤਾ ਅਤੇ ਬੱਚਿਆਂ ਨੂੰ ਮੈਂ ਆਪਣੇ ਘਰ ਵਿੱਚ ਲਿਆ ਕੇ ਰੱਖਿਆ ਹੋਇਆ ਹੈ ਇਹ ਨਹੀਂ ਦੱਸਿਆ ਵੀ ਉਹਨਾਂ ਦਾ ਧਨ ਮੈਂ ਚੋਰੀ ਕਰਕੇ ਸਾਂਭ ਲਿਆ ਹੈ ਇਉਂ ਇਹਨੇ ਸ਼ੋਅ ਕੀਤਾ ਜਿਵੇਂ ਇਹਨਾਂ ਵਾਸਤੇ ਚੇਚਾ ਘਰ ਵਿੱਚ ਲਿਆਂਦਾ ਹੋਵੇ ਹਾਂਜੀ ਚੱਲੋ ਆਪ ਗਹਿ ਲੀਜੀਐ ਨਹਿ ਦੇਰ ਕਰੀਜੈ ਚੱਲੋ ਅਤੇ ਆ ਕੇ ਸਾਡੇ ਘਰੋਂ ਮਾਤਾ ਜੀ ਨੂੰ ਅਤੇ ਗੁਰੂ ਦੇ ਪੁੱਤਰਾਂ ਨੂੰ ਫੜ ਲਵੋ ਇਸ ਦੁਸ਼ਟ ਦੀ ਤਾਂ ਜ਼ੁਬਾਨ ਸੜ ਜਾਣੀ ਚਾਹੀਦੀ ਹੈ ਸਾਧ ਸੰਗਤ ਜੀ ਜਿੰਨਾ ਇਹਨੇ ਪਾਪ ਕਮਾਇਆ ਹੈ ਹਾਂਜੀ ਹਜ਼ਰਤ ਢਿੱਗ ਲੈ ਪਹੁੰਚੀਐ ਤਹਿ ਬਖਸ਼ਿਸ਼ ਲੀਜੈ ਨਾਲੇ ਸਾਨੂੰ ਇਨਾਮ ਦਿਓ ਨਾਲੇ ਜਦੋਂ ਬਾਦਸ਼ਾਹ ਨੂੰ ਤੁਹਾਡੇ ਬਾਰੇ ਪਤਾ ਲੱਗੇਗਾ ਕਿ ਸਭ ਤੋਂ ਪਹਿਲਾਂ ਤੁਸੀਂ ਗ੍ਰਿਫਤਾਰ ਕੀਤਾ ਹੈ ਬਾਦਸ਼ਾਹ ਨੇ ਤੁਹਾਨੂੰ ਵੀ ਤਾਂ ਇਨਾਮ ਦੇਣਾ ਹੈ ਨਾ ਕਹਿਣ ਲੱਗਾ ਹਾਂਜੀ ਸੁਨਤ ਚੰਮੂ ਹੈ ਜ਼ੀਨ ਧਰ ਗਮਨੇ ਉਤਲਾਏ ਉਹ ਸੈਨਾਪਤੀ ਬੜਾ ਖੁਸ਼ ਹੋਇਆ ਜੀ ਸੈਨਾਪਤੀ ਬੜਾ ਖੁਸ਼ ਹੋਇਆ ਸਾਰੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਚਾਹੁੰਦੀਆਂ ਮਹਾਰਾਜ ਮਿਲਦੇ ਨਹੀਂ ਹੈ ਚਲੋ ਉਹਨਾਂ ਦੇ ਦੋ ਬੱਚੇ ਤਾਂ ਜੇ ਮਾਤਾ ਸਾਡੇ ਕੋਲ ਆ ਗਈ ਤਾਂ ਗੁਰੂ ਨੇ ਆਪੇ ਹੀ ਆ ਜਾਣਾ ਹੈ ਇਹ ਨਹੀਂ ਸੀ ਪਤਾ ਮੇਰੇ ਸਤਿਗੁਰੂ ਗਰੀਬ ਨਵਾਜ਼ ਮੋਹ ਦੀਆਂ ਤੰਦਾਂ ਵਿੱਚ ਨਹੀਂ ਫਸੇ ਹੋਏ ਸਾਧ ਸੰਗਤ ਜੀ ਨੂਰਾ ਮਾਹੀ ਦੱਸਦਾ ਕਹਿੰਦਾ ਮਹਾਰਾਜ ਉੱਥੋਂ ਸੈਨਾਪਤੀ ਫਿਰ ਫੌਜੀ ਲੈ ਕੇ ਘੋੜੇ ਲੈ ਕੇ ਉਹ ਫਿਰ ਗੰਗੂ ਪਾਪੀ ਦੇ ਘਰ ਵਿੱਚ ਆਇਆ ਹਾਂਜੀ ਪੋਈਏ ਪਾਇਲ ਪਾਵਤੇ ਤੂਰਨ ਚੱਲ ਆਏ ਬਸ ਛੇਤੀ ਛੇਤੀ ਕਾਠੀਆਂ ਪਾਈਆਂ ਅਤੇ ਛੇਤੀ ਛੇਤੀ ਬੜੇ ਉਤਾਵਲੇ ਹੋ ਕੇ ਬੜੇ ਚਾਅ ਨਾਲ ਭਰ ਕੇ ਉਹ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਫੜਨ ਵਾਸਤੇ ਆਏ ਸੁਣੋ ਗੁਰੂ ਜੀ ਮਾਤ ਜੁੱਤ ਦੋ ਸਾਹਿਬਜ਼ਾਦੇ ਮਹਾਰਾਜ ਅੱਗੇ ਸੁਣੋ ਭਾਈ ਦਇਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਮਾਨ ਸਿੰਘ ਜੀ ਬੜੇ ਧਿਆਨ ਨਾਲ ਵਾਰਤਾ ਸੁਣ ਰਹੇ ਦੁਸ਼ਟਾਂ ਨੇ ਕਿਵੇਂ ਕਹਿਰ ਕਮਾਇਆ ਅਤੇ ਅੱਗੋਂ ਨੂਰਾ ਮਾਹੀ ਦੱਸਦਾ ਮਹਾਰਾਜ ਹੋਰ ਸੁਣੋ ਸਾਡੇ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦੇ ਸਯੰਦਨ ਲਏ ਚੜਾਏ ਤਬ ਮੂਰਖ ਕਰ ਬਾਦੇ ਜਦੋਂ ਪਹੁੰਚੇ ਤੇ ਕਹਿੰਦੇ ਆ ਸਾਹਿਬਜ਼ਾਦੇ ਆਪਸ ਵਿੱਚ ਗੱਲਾਂ ਕਰਦੇ ਸਨ ਮਾਤਾ ਜੀ ਇਹ ਛਪਾਈ ਕਿਹਨਾਂ ਨੂੰ ਲੈਣ ਵਾਸਤੇ ਆਏ ਆ ਮਾਤਾ ਜੀ ਕੀ ਇਹ ਸਾਨੂੰ ਫੜਨਗੇ ਸਾਡੇ ਨਾਲ ਕੀ ਕਰ ਲੈਣਗੇ ਇਹ ਸਾਰੀਆਂ ਗੱਲਾਂ ਨੂਰਾ ਮਾਹੀ ਦੱਸ ਰਿਹਾ ਤੇ ਨਾਲ ਦੀ ਨਾਲ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਫੜ ਕੇ ਇੱਕ ਰੱਥ ਵਿੱਚ ਬਿਠਾ ਦਿੱਤਾ ਗਿਆ ਅਤੇ ਸਾਧ ਸੰਗਤ ਜੀ ਕਹਿੰਦੇ ਆ ਮਾਤਾ ਜੀ ਨੇ ਨਾ ਰੱਥ 'ਤੇ ਚੜ੍ਹਨ ਲੱਗਿਆਂ ਇੱਕ ਗੱਲ ਨੂਰੇ ਨੂੰ ਕਹੀ ਸੀ ਵਾਹਿਗੁਰੂ ਗੰਗੂ ਨੂੰ ਕਹੀ ਸੀ ਗੰਗੂ ਪਾਪੀ ਜਿਸ ਧਨ ਕਰਕੇ ਤੂੰ ਪਾਪ ਕੀਤਾ ਹੈ ਨਾ ਚੇਤਾ ਰੱਖੀ ਇਸੇ ਧਨ ਦੇ ਕਰਕੇ ਕਮਲਾ ਹੋ ਕੇ ਮਰੇਗਾ ਗੱਜ ਕੇ ਆਖੋ ਵਾਹਿਗੁਰੂ ਅਤੇ ਦਾਸ ਬੇਨਤੀ ਕਰੇ ਇਹ ਮਾਤਾ ਗੁਜਰੀ ਜੀ ਕੌਣ ਨੇ ਮਾਤਾ ਗੁਜਰੀ ਜੀ ਕੋਈ ਆਮ ਇਸਤਰੀ ਨਹੀਂ ਹੈਗੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ
ਸੰਗਤ ਦੀ ਭੋਰੇ ਦੇ ਵਿੱਚ ਬੈਠ ਕੇ ਜਪ ਤਪ ਕੀਤਾ ਹੈ ਨਾ, ਅਤੇ ਭੋਰੇ ਦੇ ਉੱਤੇ ਬੈਠ ਕੇ ਮਾਤਾ ਗੁਜਰੀ ਜੀ ਨੇ ਜਪ ਤਪ ਕੀਤਾ ਹੈ। ਮਾਤਾ ਜੀ ਵੀ ਭਜਨ ਵਿੱਚ ਲੀਨ ਰਹਿੰਦੇ ਹੁੰਦੇ ਸੀਗੇ। ਮਾਤਾ ਗੁਜਰੀ ਜੀ ਦੇ ਮੁੱਖੋਂ ਨਿਕਲੇ ਬੋਲ ਵਿਅਰਥ ਨਹੀਂ ਜਾਣਗੇ। ਮਾਤਾ ਜੀ ਰੱਥ 'ਤੇ ਚੜ੍ਹਨ ਲੱਗਿਆਂ ਇਹ ਗੱਲ ਗੰਗੂ ਨੂੰ ਕਹਿ ਦਿੱਤੀ ਸੀ, ਗੰਗੂ ਪਾਪੀਆ, ਜਿਸ ਧਨ ਕਰਕੇ ਪਾਪ ਕੀਤਾ ਇਸੇ ਧਨ ਦੇ ਕਰਕੇ ਕਮਲਾ ਹੋ ਕੇ ਮਰੇਗਾ। ਮਾਤਾ ਜੀ ਦਾ ਬਚਨ ਸੱਚਾ ਹੋਇਆ ਸੀਗਾ। ਸਤ ਸੰਗਤ ਜੀ, ਗੰਗੂ ਪਾਪੀ ਕਮਲਾ ਹੋ ਕੇ ਹੀ ਮਰਿਆ ਸੀਗਾ ਜੀ। ਸਿਪਾਹੀਆਂ ਨੇ ਸੁਣ ਲਿਆ ਸੀਗਾ ਵੀ ਬਜ਼ੁਰਗ ਮਾਤਾ ਧਨ ਦੀ ਗੱਲ ਕਰਦੀ ਹੈ। ਮਹਾਰਾਜ ਦੇ ਮਾਤਾ ਜੀ ਨੂੰ ਤੱਗੇ ਛੱਡ ਆਏ ਅਤੇ ਸਿਪਾਹੀ ਗੰਗੂ ਨੂੰ ਪੁੱਛਦੇ ਸੀ, ਦੱਸ ਕਿਹੜੇ ਧਨ ਦੀ ਗੱਲ ਕਰਦੇ ਹੈ। ਗੰਗੂ ਪਹਿਲਾਂ ਦੱਸਦਾ ਨਹੀਂ ਸੀ, ਫਿਰ ਕੁੱਟ ਪਈ, ਕਹਿੰਦਾ ਮੈਂ ਜ਼ਮੀਨ 'ਚੋਂ ਕੱਢ ਕੇ ਦਿੰਦਾ। ਜਦੋਂ ਧਨ ਕੱਢਣ ਲੱਗਾ ਉਹਨੂੰ ਚੇਤਾ ਭੁੱਲ ਜਾਂਦਾ ਸੀ ਵੀ ਪੈਸੇ ਰੱਖੇ ਕਿਤੇ ਹੈ। ਲੱਭਦਾ ਸੀ, ਉੱਥੋਂ ਲੱਭਦੇ ਨਹੀਂ, ਦੂਜੀ ਥਾਂ ਪੁੱਟਦਾ ਸੀ, ਉੱਥੋਂ ਵੀ ਨਹੀਂ ਲੱਭਦੇ। ਸਿਪਾਹੀ ਫਿਰ ਗੁੱਸੇ ਹੁੰਦੇ ਸੀਗੇ, ਇਹਦੇ ਸਿਰ ਵਿੱਚ ਸਾਧ ਸੰਗਤ ਜੀ ਜੋੜੇ ਮਾਰ ਮਾਰ ਕੇ ਕਮਲਿਆਂ ਕਰਕੇ ਇਹਨੂੰ ਮਾਰਿਆ ਸੀਗਾ। ਫਿਰ ਉਹਨਾਂ ਨੇ ਜੀ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਦੱਸਦੇ, ਕਹਿੰਦੇ ਨੂਰਾ ਮਾਹੀ ਦੱਸ ਰਿਹਾ, ਮਹਾਰਾਜ ਉੱਥੋਂ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦੇ ਫਿਰ ਰੱਥ ਵਿੱਚ ਚੜ੍ਹੇ ਸਨ। ਹਾਂਜੀ, ਪੁਰ ਸਰਹੰਦ ਕੋ ਲੈ ਗਏ ਮਗ ਉਲੰਘੇ ਉਹ ਸਾਰਾ। ਪਹਿਲਾਂ ਮੁਰੰਡੇ ਦੇ ਵਿੱਚ ਰਾਤ ਰੱਖਿਆ ਇੱਕ, ਅਤੇ ਸਾਧ ਸੰਗਤ ਜੀ ਮੁਰਿੰਡੇ ਥਾਣੇ ਵਿੱਚ ਰਾਤ ਰੱਖਿਆ ਸੀਗਾ। ਅੱਜ ਤੱਕ ਬੜੇ ਥਾਣੇ ਨੇ, ਬੜੀਆਂ ਜੇਲ੍ਹਾਂ ਨੇ, ਪਰ ਕਿਸੇ ਵੀ ਜੇਲ੍ਹ ਨੂੰ ਮੱਥਾ ਨਹੀਂ ਟੇਕਿਆ ਜਾਂਦਾ। ਰਾਤ ਭਰ ਜਿੱਥੇ ਮਾਤਾ ਗੁਜਰੀ ਜੀ ਅਤੇ ਗੁਰੂ ਕੇ ਸਾਹਿਬਜ਼ਾਦੇ ਰਹੇ ਨਾ, ਅੱਜ ਵੀ ਉਸ ਜੇਲ੍ਹ ਨੂੰ ਲੋਕ ਗੁਰੂ ਕੀਆਂ ਸੰਗਤਾਂ ਹੱਥ ਜੋੜ ਕੇ ਮੱਥਾ ਟੇਕਦੀਆਂ ਨੇ ਜੀ। ਉਹ ਕੁਤਵਾਲੀ ਸੀ ਉੱਥੇ, ਅਤੇ ਉੱਥੇ ਹੁਣ ਕੀ ਗੁਰਦੁਆਰਾ ਬਣਿਆ, ਗੁਰਦੁਆਰਾ ਕੁਤਵਾਲੀ ਸਾਹਿਬ। ਉਸ ਥਾਂ ਨੂੰ ਪਵਿੱਤਰ ਕੀਤਾ। ਸਾਰੀ ਰਾਤ ਮਹਾਰਾਜ ਮਾਤਾ ਜੀ ਦੋਵੇਂ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਕੇ ਠੰਡ ਵਿੱਚ ਉਸ ਕੁਤਵਾਲੀ ਦੇ ਵਿੱਚ ਰਹੇ। ਦਿਨੇ ਮਹਾਰਾਜ ਉਸੇ ਰੱਥ ਵਿੱਚ ਬਿਠਾ ਕੇ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਵਿੱਚ ਲੈ ਕੇ ਗਏ ਮਹਾਰਾਜ। ਸੂਬਾ ਖਾਨ ਵਜੀਦ ਜਹੈ ਉਤਰਿਓ ਦਲ ਭਾਰਾ। ਉਧਰੋਂ ਮਹਾਰਾਜ ਵਜੀਰ ਖਾਨ ਸੂਬਾ ਹਾਰ ਕੇ ਬੜਾ ਵੱਡਾ ਦਲ ਲੈ ਕੇ ਵਾਪਸ ਪਹੁੰਚਿਆ ਸੀਗਾ। ਤੇਹ ਕੋ ਕਹਿਓ ਨਵਾਬ ਜੀ ਹਮ ਗਏ ਕਰ ਲਿਆਏ। ਉੱਥੋਂ ਦਾ ਸਿਪਾਹੀ ਜਾ ਕੇ ਉਸ ਵਜੀਰ ਖਾਨ ਸੂਬੇਦਾਰ ਨੂੰ ਕਹਿੰਦਾ ਜੀ ਵਧਾਈ ਹੋਵੇ। ਉਹ ਕਹਿੰਦੇ ਕਾਹਦੀ ਵਧਾਈ, ਲੱਖਾਂ ਦੀ ਫੌਜ ਵਿੱਚ ਗੁਰੂ ਤਾੜੀ ਮਾਰ ਕੇ ਲੰਘ ਗਿਆ, ਫੜ ਨਹੀਂ ਸਕੇ, ਵਧਾਈ ਕਾਹਦੀ ਦੇਣੀ ਹੈ। ਕਹਿੰਦੇ ਵਧਾਈ ਇਸ ਚੀਜ਼ ਦੀ ਦੇਣੀ ਹੈ ਜਿਹੜੇ ਗੁਰੂ ਲੱਖਾਂ ਦੀ ਫੌਜ ਵਿੱਚੋਂ ਤੁਹਾਨੂੰ ਨਹੀਂ, ਜਿਨ੍ਹਾਂ ਨੂੰ ਤੁਸੀਂ ਨਹੀਂ ਫੜੇ, ਉਹਨਾਂ ਦੀ ਮਾਤਾ ਅਤੇ ਦੋ ਛੋਟੇ ਪੁੱਤਰ ਸਾਡੇ ਨਾਲ ਨੇ। ਕਹਿੰਦੇ ਜਦੋਂ ਇਸ ਤਰ੍ਹਾਂ ਸੁਣਿਆ ਵਜ਼ੀਰ ਖਾਂ ਬੜਾ ਪ੍ਰਸੰਨ ਹੋਇਆ ਮਹਾਰਾਜ। ਗੁਰੂ ਗੋਬਿੰਦ ਸਿੰਘ ਮਾਤ ਹੈ ਦਵੈ ਪੁੱਤਰ ਸੁਹਾਏ। ਜਦੋਂ ਉਹਨੂੰ ਪਤਾ ਲੱਗਾ ਵੀ ਮਹਾਰਾਜ ਦੇ ਦੋ ਛੋਟੇ ਪੁੱਤਰ ਅਤੇ ਮਾਤਾ ਜੀ ਫੜੇ ਗਏ ਹੈ, ਮਹਾਰਾਜ ਮੈਂ ਸੁਣਿਆ ਵਜ਼ੀਰ ਖਾਂ ਬੜਾ ਪ੍ਰਸੰਨ ਹੋਇਆ ਸੀ। ਹਾਂਜੀ, ਨਿਸਾ ਵਿਖੇ ਆਏ ਚੱਲੇ ਪਹੁੰਚੇ ਹੋਏ ਪ੍ਰਾਤੀ। ਉਹਨੇ ਆਖਿਆ ਠੀਕ ਹੈ, ਕੱਲ ਦਿਨੇ ਮਿਲਾਂਗੇ ਉਹਨਾਂ ਨੂੰ। ਹਾਂਜੀ, ਕਹਿਓ ਨਵਾਬ ਉਤਰੀਏ ਜਹੈ ਬੁਰਜ ਇਕਾਤੀ। ਪਰ ਕਹਿਓ ਨਵਾਬ ਉਤਾਰੀਏ ਜਹੈ ਬੁਰਜ ਇਕਾਤੀ। ਮਹਾਰਾਜ ਆਹ ਕੰਮ ਜਿਹੜਾ ਵਜ਼ੀਰ ਖਾਂ ਨੇ ਕੀਤਾ ਇਹ ਮਹਾਰਾਜ ਬਹੁਤ ਜ਼ਿਆਦਾ ਬੁਰਾ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਸ਼ਹੀਦ ਕਰ ਦੇਣਾ ਇੱਕ ਪਾਸੇ ਦੀ ਗੱਲ ਹੈ, ਪਰ ਸਾਧ ਸੰਗਤ ਜੀ ਜਿਹੜਾ ਤਿੰਨ ਚਾਰ ਦਿਨ ਕਸ਼ਟ ਦਿੱਤਾ ਹੈ ਨਾ ਅੱਤ ਦੀ ਠੰਡ ਵਿੱਚ, ਵਾਹਿਗੁਰੂ ਕਿਸੇ ਨੂੰ ਵੀ ਉਹ ਕਸ਼ਟ ਨਾ ਹੋਵੇ। ਸਾਧ ਸੰਗਤ ਜੀ ਕਹਿੰਦੇ ਆ ਵਜ਼ੀਰ ਖਾਂ ਨੇ ਇੱਕ ਬੁਰਜ ਬਣਾਇਆ ਸੀਗਾ, ਗਰਮੀਆਂ ਵਿੱਚ ਦੁਪਹਿਰ ਦੇ ਸਮੇਂ ਜਾ ਕੇ ਬਹਿੰਦਾ ਸੀਗਾ। ਲਾਗੇ ਇੱਕ ਨਦੀ ਵਗਦੀ ਸੀਗੀ, ਪਾਣੀ ਉਹਦੇ ਤੋਂ ਟੱਚ ਹੋ ਕੇ ਸਾਧ ਸੰਗਤ ਜੀ ਬੁਰਜ ਵਿੱਚ ਆਉਂਦਾ ਸੀਗਾ ਅਤੇ ਬੁਰਜ ਠੰਡਾ ਹੋ ਜਾਂਦਾ ਸੀਗਾ ਜੀ।
ਉਹ ਜਿਹੜਾ ਬੁਰਜ ਸੀਗਾ ਉਹ ਗਰਮੀਆਂ ਵਿੱਚ ਵੀ ਏਸੀ ਵਰਗਾ ਠੰਡਾ ਸੀਗਾ, ਅਤੇ ਤੁਸੀਂ ਹਿਸਾਬ ਲਾਓ ਸਰਦੀਆਂ ਦੇ ਵਿੱਚ ਕਿੰਨਾ ਜ਼ਿਆਦਾ ਠੰਡਾ ਹੋਏਗਾ। ਸਾਧ ਸੰਗਤ ਜੀ, ਪੋਹ ਦਾ ਮਹੀਨਾ, ਪੋਹ ਦੀਆਂ ਰਾਤਾਂ, ਬਰਫੀਲੀਆਂ ਰਾਤਾਂ, ਅਤੇ ਦੁਸ਼ਟ ਵਜ਼ੀਰ ਖਾਂ ਨੇ ਇਹ ਕਹਿ ਦਿੱਤਾ ਇਕੱਲੇ ਹੀ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਬਿਠਾ ਦਿਓ, ਅਤੇ ਲਾਗੇ ਚਾਗੇ ਕੋਈ ਸਿਪਾਹੀ ਨਹੀਂ ਜਾਣਾ ਚਾਹੀਦਾ, ਥੱਲੇ ਪਹਿਰਾ ਲਾ ਦਿਓ। ਉੱਚਾ ਬੁਰਜ ਸੀ ਮਹਾਰਾਜ, ਅੱਤ ਦਾ ਠੰਡਾ, ਲਾਗੇ ਨਦੀ ਚੱਲਦੀ ਸੀ ਪਿਆਰਿਓ ਉਸ ਸਮੇਂ, ਠੰਡੀਆਂ ਹਵਾਵਾਂ ਤਨ ਨੂੰ ਚੀਰਦੀਆਂ ਹੁੰਦੀਆਂ ਸਨ, ਅਤੇ ਮਹਾਰਾਜ ਸੱਚੇ ਪਾਤਸ਼ਾਹ ਸੁਣ ਰਹੇ ਹੈ, ਬਹੁਤ ਉਦਾਸ ਹੋ ਗਏ ਭਾਈ ਦਇਆ ਸਿੰਘ ਜੀ ਇਹ ਸਾਰਾ ਸਾਕਾ ਸੁਣਦਿਆਂ ਸੁਣਦਿਆਂ। ਮਹਾਰਾਜ ਉਹ ਦੁਸ਼ਟ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਉਹਨੇ ਫਿਰ ਠੰਡੇ ਬੁਰਜ ਵਿੱਚ ਉਤਾਰਨ ਦਾ ਹੁਕਮ ਕੀਤਾ। ਰਹੇ ਸਿਪਾਹੀ ਖਰੇ ਤਹਿ ਰਾਖੋ ਤਕੜਾਈ, ਥੱਲੇ ਸਿਪਾਹੀ ਖਲੋ ਜਾਣ, ਤਕੜਾਈ ਰੱਖਣ, ਔਰ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਨੂੰ ਕੋਈ ਗਰਮ ਵਸਤਰ ਨਾ ਦਿੱਤਾ ਜਾਵੇ, ਠੰਡ ਦੇ ਵਿੱਚ ਹੀ ਰਹਿਣ। ਹਾਂਜੀ, ਪੁਰ ਨਰ ਸੁਣ ਸੁਣ ਦੌਰ ਕਰ ਆਵਤ ਸਮਦਾਈ। ਮਹਾਰਾਜ ਜਦੋਂ ਸਰਹੰਦ ਦੇ ਲੋਕਾਂ ਨੂੰ ਪਤਾ ਲੱਗਾ ਜੋ ਦਾਸ ਸੁਣ ਕੇ ਆਇਆ, ਮਹਾਰਾਜ ਸਰਹੰਦ ਦੇ ਲੋਕ ਦੌੜ ਦੌੜ ਕੇ ਆ ਕੇ ਮਾਤਾ ਜੀ ਦੇ ਅਤੇ ਸਾਹਿਬਜ਼ਾਦਿਆਂ ਦੇ ਦੂਰ ਦੂਰ ਖਲੋ ਕੇ ਦਰਸ਼ਨ ਕਰਦੇ ਸਨ। ਹਾਂਜੀ, ਦੇਖੈ ਬੂਝੈ ਬਿਪਰ ਕੋ ਸਭ ਗਾਰ ਨਿਕਾਰੈ, ਅਤੇ ਜਦੋਂ ਪਤਾ ਲੱਗਦਾ ਸੀ ਨਾ ਵੀ ਇਹ ਇੱਥੇ ਪਹੁੰਚੇ ਕਿਵੇਂ ਹੈ, ਅਤੇ ਪਤਾ ਲੱਗਾ ਵੀ ਦੁਸ਼ਟ ਗੰਗੂ ਕਰਕੇ ਪਹੁੰਚੇ ਹੈ, ਮਹਾਰਾਜ ਇਕੱਲੇ ਗੰਗੂ ਦੇ ਪਿੰਡ ਦੇ ਲੋਕ ਨਹੀਂ, ਇਕੱਲੇ ਮੁਰਿੰਡੇ ਪਿੰਡ ਦੇ ਲੋਕ ਨਹੀਂ, ਬਹੁਤ ਸਾਰੇ ਸਰਹੰਦ ਵਾਸੀ ਮਹਾਰਾਜ ਉਹ ਵੀ ਗੰਗੂ ਨੂੰ ਗਾਲਾਂ ਹੀ ਕੱਢਦੇ ਸਨ, ਸਾਰੇ ਬੁਰਾ ਹੀ ਬੋਲਦੇ ਸਨ। ਅੱਜ ਤੇ ਸਾਧ ਸੰਗਤ ਜੀ ਸਾਰਾ ਪੰਥ ਕੀ ਹਿੰਦੂ ਮੁਸਲਮਾਨ ਸਾਰੇ ਉਸ ਗੰਗੂ ਨੂੰ ਸਾਧ ਸੰਗਤ ਜੀ ਬੁਰਾ ਹੀ ਕਹਿੰਦੇ ਹੈ, ਉਸ ਦੁਸ਼ਟ ਨੇ ਪਾਪ ਹੀ ਐਸਾ ਕੀਤਾ ਜੀ। ਹਾਂਜੀ, ਤ੍ਰਿਕ ਧਰੋਹੀ ਕਿਰਤ ਕਨੀ ਜੜ ਕਿਆ ਲਹਿਓ ਪੁਕਾਰੈ, ਉਹਨੂੰ ਸਾਰੇ ਉਹਦੇ ਸਾਹਮਣੇ ਗਾਲਾਂ ਕੱਢਣ ਲੱਗ ਪਏ ਸਨ। ਮਹਾਰਾਜ ਕਹਿੰਦੇ ਸਨ ਅਕਿਰਤ ਘਣਾ ਧੋਖੇ ਬਾਜਾ, ਦੱਸ ਤੈਨੂੰ ਸਤਿਗੁਰੂ ਜੀ ਦੀ ਮਾਤਾ ਤੇ ਪੁੱਤਰਾਂ ਨੂੰ ਫੜਾ ਕੇ ਕੀ ਪ੍ਰਾਪਤ ਹੋਇਆ ਹੈ। ਸ਼੍ਰੀ ਗੋਬਿੰਦ ਸਿੰਘ ਜਗਤ ਗੁਰ ਦਾਤਾ ਸਭ ਸਵਾਮੀ, ਦੁਸ਼ਟ ਆਤਮਾ ਤੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਸਾਰੇ ਜਗਤ ਦੇ ਸਵਾਮੀ ਹਨ, ਸਾਰੇ ਜਗਤ ਦੇ ਮਾਲਕ ਹਨ। ਤਿਨਕੇ ਸੁੱਤ ਗਹਿਵਾਏ ਕਰ ਭਾ ਲੂਣ ਹਰਾਮੀ, ਕਹਿਣ ਲੱਗੇ ਤੂੰ ਉਹਨਾਂ ਦੀ ਮਾਤਾ ਤੇ ਪੁੱਤਰਾਂ ਨੂੰ ਫੜਾ ਕੇ ਲੂਣ ਹਰਾਮ ਕੀਤਾ ਹੈ। ਗੱਜ ਕੇ ਆਖੋ ਵਾਹਿਗੁਰੂ, ਪਹਿਲਾਂ ਉਹਨਾਂ ਦਾ ਸ਼ੱਕ ਕੇ ਫਿਰ ਤੂੰ ਉਹਨਾਂ ਦੇ ਨਾਲ ਹੀ ਬੇਈਮਾਨੀ ਕੀਤੀ ਹੈ, ਗੰਗੂ ਤੂੰ ਲੂਣ ਹਰਾਮ ਕੀਤਾ ਹੈ ਗੁਰੂ ਸਾਹਿਬ ਜੀ ਦੇ ਨਾਲ। ਲੱਖੋਂ ਜੀਓ ਉਧਾਰ ਕੈ ਹਿੰਦੂਨ ਕੀ ਰਾਖੀ, ਤੂੰ ਵੀ ਹਿੰਦੂ ਹੈ, ਇੱਕ ਵਾਰੀ ਤੇ ਵਿਚਾਰ ਕਰਦਾ, ਲੋਕ ਗੰਗੂ ਨੂੰ ਲਾਮੇ ਦਿੰਦੇ ਆ, ਕਹਿੰਦੇ ਵੇਖ ਸਤਿਗੁਰੂ ਸੱਚੇ ਪਾਤਸ਼ਾਹ ਆਪਣਾ ਪੰਥ ਸਾਜ ਕੇ ਵੀ ਮਹਾਰਾਜ ਕਿਵੇਂ ਹਿੰਦੂਆਂ ਦੀ ਰਾਖੀ ਕਰਦੇ ਆ, ਤੂੰ ਕਿਵੇਂ ਇਸ ਗੱਲ ਨੂੰ ਭੁੱਲ ਗਿਆ। ਹਾਂਜੀ, ਦੀਨੋ ਸਿਰ ਜਿਨ ਕੇ ਪਿਤਾ ਅਰ ਜਰ ਹਰ ਕਾਂਖੀ, ਕਹਿਣ ਲੱਗੇ ਪਰਮੇਸ਼ਰ ਦਾ ਰੂਪ ਬਣ ਕੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦੇ ਕੇ ਸਾਡੇ ਧਰਮ ਨੂੰ ਬਚਾਇਆ, ਤੇ ਗੰਗੂ ਤੂੰ ਵੇਖ ਕੀ ਪਾਪ ਕੀਤਾ ਉਸ ਸਤਿਗੁਰੂ ਦੇ ਦੋ ਛੋਟੇ ਛੋਟੇ ਲਾਲ ਜਿਨ੍ਹਾਂ ਨੇ ਅਜੇ ਜਗਤ ਦੀ ਜਿਨ੍ਹਾਂ ਨੂੰ ਇੰਨੀ ਸੋਝੀ ਨਹੀਂ ਹੈ, ਤੂੰ ਇਹਨਾਂ ਉਹਨਾਂ ਨੂੰ ਉਹਨਾਂ ਦੁਸ਼ਟਾਂ ਦੇ ਹੱਥ ਵਿੱਚ ਫੜਾ ਆਇਆ। ਹਾਂਜੀ, ਚਰਨ ਕਮਲ ਸੁਰ ਅਸੁਰ ਗਨ ਪੂਜੈ ਜਿਨ ਕੇਰੇ, ਤੈਨੂੰ ਮਹਾਰਾਜ ਦੀ ਤਾਕਤ ਦਾ ਨਹੀਂ ਪਤਾ, ਦੇਵਤੇ ਵੀ ਉਹਨਾਂ ਦੇ ਚਰਨਾਂ ਤੋਂ ਬਲਿਹਾਰ ਜਾਂਦੇ ਆ, ਗੁਰੂ ਦੇ ਲਾਲਾਂ ਦੇ ਚਰਨਾਂ ਤੋਂ ਦੇਵਤੇ ਬਲਿਹਾਰ ਜਾਂਦੇ ਆ, ਤੂੰ ਉਹਨਾਂ ਗੁਰੂ ਕੇ ਲਾਲਾਂ ਨੂੰ ਉਹਨਾਂ ਪਾਪੀਆਂ ਦੇ ਹੱਥ ਵਿੱਚ ਦੇ ਆਇਆ। ਹਾਂਜੀ, ਰਿਖੀ ਜੋਗੀ ਔਰ ਧਿਆਨ ਧਾਰ ਗਤ ਲਹਿਤ ਅਸ਼ੇਰੇ, ਗੰਗੂ ਤੂੰ ਬਿਲਕੁਲ ਚੰਗਾ ਨਹੀਂ ਕੀਤਾ, ਜਿਸ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਵੱਡੇ ਜੋਗੀ ਉਪਾਸ਼ਕ ਹਨ, ਰਿਸ਼ੀ ਜਿਨ੍ਹਾਂ ਨੂੰ ਮੰਨਦੇ ਆ, ਤੂੰ ਉਹਨਾਂ ਦੇ ਨਾਲ ਧੋਖਾ ਕਰਕੇ ਆਇਆ। ਤਿੰਨ ਕੇ ਸੰਗ ਅਧਰਮ ਕਰ ਦੁਰਕਰਮ ਕਮਾਇਓ, ਗੰਗੋ ਤੂੰ ਬਹੁਤ ਜ਼ਿਆਦਾ ਭੈੜਾ ਕਰਮ ਕਰਕੇ ਆਇਆ, ਜਿਹੜਾ ਤੂੰ ਗੁਰੂ ਸਾਹਿਬ ਦੇ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਉਹਨਾਂ ਪਾਪੀਆਂ ਦੇ ਹੱਥਾਂ ਵਿੱਚ ਫੜਾ ਆਇਆ। ਹਾਂਜੀ, ਨਾਕ ਸਕੋਰੈ ਨਰਕ ਭੀ ਸਹਿ ਸਕੇ ਨਾ ਪਾਇਓ, ਗੱਜ ਕੇ ਆਖੋ
ਨੂਰਾ ਮਾਹੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸ ਰਿਹਾ ਮਹਾਰਾਜ ਗੰਗੂ ਨੂੰ ਲੋਕ ਕਹਿੰਦੇ ਸਨ ਗੰਗੂ ਤੈਨੂੰ ਤੇ ਨਰਕਾਂ ਨੇ ਵੀ ਨਹੀਂ ਚੱਲਣਾ ਨਰਕਾਂ ਨੇ ਵੀ ਕਹਿਣਾ ਪਰਮੇਸ਼ਰ ਜੀ ਕਿਤੇ ਗੰਗੂ ਨਾ ਸਾਡੇ ਇੱਥੇ ਆ ਜਾਏ ਏਦਾਂ ਦੁਸ਼ਟ ਕਰਮ ਕੀਤਾ ਤੂੰ ਇੰਨਾ ਪਾਪ ਕੀਤਾ ਗੰਗੂ ਹਾਂਜੀ ਕੁੰਭੀ ਨਰਕ ਪਪਾਤ ਹੈ ਤਹ ਜੀਵ ਤਪੇ ਹੈ ਤੇਰੇ ਵਰਗੇ ਨੂੰ ਤੇ ਕੁੰਭੀ ਨਰਕ ਵਿੱਚ ਰਹਿਣਾ ਚਾਹੀਦਾ ਮਰਦੇ ਰਹਿਣਾ ਚਾਹੀਦਾ ਜੰਮਦੇ ਰਹਿਣਾ ਚਾਹੀਦਾ ਗੰਗੂ ਤੈਨੂੰ ਤੇ ਕਸ਼ਟ ਤੋਂ ਵੱਡੇ ਵੱਡੇ ਕਸ਼ਟ ਸਹਿਣੇ ਚਾਹੀਦੇ ਆ ਜਿਹੜਾ ਪਾਪ ਤੂੰ ਉਹਨਾਂ ਛੋਟੇ ਛੋਟੇ ਬੱਚਿਆਂ ਦੇ ਨਾਲ ਕਰਕੇ ਆਇਆ ਹਾਂ ਹਾਂਜੀ ਤੁਝ ਸਮ ਪਾਪੀ ਦੁਤੀਆ ਨਹਿ ਬੜ ਸੰਕਟ ਸਹਿ ਹੈ ਮਹਾਰਾਜ ਸੱਚੇ ਪਾਤਸ਼ਾਹ ਆਉਂਦਿਆਂ ਆਉਂਦਿਆਂ ਵੀ ਮੈਂ ਬਹੁਤ ਲੋਕਾਂ ਕੋਲੋਂ ਸੁਣਿਆ ਸਾਹਿਬਜ਼ਾਦੇ ਤੇ ਸ਼ਹੀਦ ਹੋ ਗਏ ਪਰ ਲੋਕ ਗੰਗੂ ਪਾਪੀ ਨੂੰ ਬਹੁਤ ਬੁਰਾ ਭਲਾ ਬੋਲ ਰਹੇ ਆ ਸਾਰੇ ਉਹਨੂੰ ਦੋਸ਼ੀ ਦੱਸ ਰਹੇ ਆ ਹਾਂਜੀ ਬਿਪਰ ਜਨਮ ਚੰਡਾਲ ਕ੍ਰਿਤ ਕਿਆ ਕੀਨ ਕਸਾਈ ਲੋਕ ਕਹਿੰਦੇ ਨੇ ਇਹ ਗੰਗੂ ਕਿਸਾਈ ਹੈ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਲੈ ਕੇ ਕਸਾਈਆਂ ਵਾਲਾ ਕੰਮ ਕੀਤਾ ਹੈ ਇਹਨੇ ਲੱਖੋਂ ਵਾਰ ਤਿਰਕਾਰ ਤੋਂ ਲਹਿ ਅਧਿਕ ਸਜਾਈ ਲੱਖਾਂ ਵਾਰ ਸਰਹੰਦ ਦੇ ਲੋਕ ਮੁਰਿੰਡੇ ਦੇ ਲੋਕ ਖੇੜੀ ਪਿੰਡ ਦੇ ਲੋਕ ਮਹਾਰਾਜ ਗੰਗੂ ਨੂੰ ਲਾਮਤਾਂ ਪਾ ਰਹੇ ਹੈ ਇਮਪੁਰ ਜਨ ਗਨ ਤਹਿ ਮਿਲੈ ਹੋਏ ਬੜ ਭੀਰਾ ਮਹਾਰਾਜ ਇਸ ਤਰੀਕੇ ਨਾਲ ਸੁਣਿਆ ਜਦੋਂ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਸਨ ਮਹਾਰਾਜ ਠੰਡੇ ਬੁਰਜ ਦੇ ਆਲੇ ਦੁਆਲੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਲੋਕ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਆਉਂਦੇ ਸੀਗੇ ਉੱਚਾ ਵੇਖਦੇ ਸੀਗੇ ਮਹਾਰਾਜ ਆਪ ਜੀ ਦੇ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦੇ ਮਹਾਰਾਜ ਇਕੱਠੇ ਇੱਕ ਦੂਜੇ ਦੇ ਸਰੀਰਾਂ ਦੇ ਲਾਗੇ ਬੈਠੇ ਹੋਏ ਸਨ ਮਹਾਰਾਜ ਬਹੁਤ ਠੰਡ ਸੀਗੀ ਮਹਾਰਾਜ ਉਸ ਦਿਨ ਹਾਂਜੀ ਸਾਹਿਬਜ਼ਾਦੇ ਜੁਗ ਪਿਖ ਹੈ ਬਹੁ ਸਰੀਰ ਬਹੁ ਰੂਪ ਸਰੀਰ ਮਹਾਰਾਜ ਲੋਕ ਦੱਸਦੇ ਆ ਮੈਂ ਲੋਕਾਂ ਕੋਲੋਂ ਸੁਣ ਕੇ ਆਇਆ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਬੈਠਿਆਂ ਦਰਸ਼ਨ ਕੀਤੇ ਸਨ ਮਹਾਰਾਜ ਉਹ ਦੱਸਦੇ ਸਨ ਸਾਹਿਬਜ਼ਾਦਿਆਂ ਦੇ ਰੰਗ ਗੋਰੇ ਸੁੰਦਰ ਸਰੂਪ ਸਨ ਪਰ ਠੰਡ ਦੇ ਨਾਲ ਬਦਨ ਨੀਲੇ ਹੋ ਚੁੱਕੇ ਸਨ ਠੰਡ ਇਤਨੀ ਉਹਨਾਂ ਦੇ ਸਰੀਰ ਨੂੰ ਲੱਗ ਰਹੀ ਸੀ ਸਭ ਕੋ ਹਟੈ ਸਭ ਕੋ ਤਬੈ ਹਟਾਏ ਕਰ ਲੈ ਗਏ ਤਹਾਂ ਹੀ ਬੁਰਜ ਵਿਖੇ ਉਤਰੇ ਥਿਰੇ ਜਨਨੀ ਦੁਖ ਮਾਹੀ ਕਹਿਣ ਲੱਗੇ ਮਹਾਰਾਜ ਆਪ ਜੀ ਦੇ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦੇ ਇਉਂ ਇਕੱਠੇ ਹੋ ਕੇ ਬੈਠੇ ਸਨ ਜਿਨ੍ਹਾਂ ਲੋਕਾਂ ਨੇ ਉੱਚੇ ਉੱਚੇ ਆਪਣੇ ਘਰਾਂ ਉੱਤੇ ਚੜ੍ਹ ਕੇ ਵੇਖਿਆ ਉਹਨਾਂ ਲੋਕਾਂ ਨੇ ਮੈਨੂੰ ਦੱਸਿਆ ਸਾਧ ਸੰਗਤ ਜੀ ਕਿਤੇ ਸੁਰਤ ਲੈ ਕੇ ਚੱਲੀਏ ਅਤੇ ਇੱਕ ਵਾਰੀ ਮਾਫ਼ ਕਰਿਓ ਆਪਾਂ ਕੋਟ ਪਾਏ ਆ ਸੋਹਣੇ ਗੱਦਿਆਂ 'ਤੇ ਬੈਠੇ ਹਾਂ ਲੋਈਆਂ ਲਈਆਂ ਸਵੈਟਰ ਪਾਏ ਆ ਫਿਰ ਵੀ ਠੰਡ ਦਾ ਅਸਰ ਹੈ ਪਰ ਜਿੱਥੇ ਦੁਸ਼ਟ ਪਾਪੀਆਂ ਨੇ ਗੁਰੂ ਜੀ ਦੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਬਿਠਾਇਆ ਕੋਈ ਤਲਾਈ ਨਹੀਂ ਥੱਲੇ ਕੋਈ ਚਾਦਰ ਨਹੀਂ ਅੱਤ ਦੀ ਧੁੰਦ ਹੈ ਠੰਡੀ ਠੰਡੀ ਸਾਧ ਸੰਗਤ ਜੀ ਸੀਤ ਲਹਿਰ ਹੈ ਜਿਹੜੀ ਹੱਡੀਆਂ ਚੀਰਦੀ ਹੈ ਅਤੇ ਸਾਧ ਸੰਗਤ ਜੀ ਉੱਥੇ ਸਾਹਿਬਜ਼ਾਦੇ ਅਤੇ ਧੰਨ ਮਾਤਾ ਜੀ ਉਵੇਂ ਜ਼ਮੀਨ ਉੱਤੇ ਬੈਠੇ ਹਨ ਸਾਧ ਸੰਗਤ ਜੀ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਇਆ ਵਿਦਵਾਨਾਂ ਨੇ ਲਿਖਿਆ ਕਿਉਂਕਿ ਨੂਰਾ ਮਾਹੀ 'ਤੇ ਜੋ ਲੋਕਾਂ ਕੋਲੋਂ ਸੁਣ ਕੇ ਆਇਆ ਉਹ ਦਸਵੇਂ ਪਾਤਸ਼ਾਹ ਨੂੰ ਦੱਸ ਰਿਹਾ ਪਰ ਬਹੁਤ ਸਾਰੇ ਇਤਿਹਾਸਕਾਰ ਦੱਸਦੇ ਹੈ ਕਹਿੰਦੇ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਪਤਾ ਕੀ ਕਹਿਣ ਲੱਗੇ ਮੇਰੇ ਲਾਲੋ ਆਪਣੇ ਜਿਹੜੇ ਮੁੱਖ ਹੈ ਨਾ ਉਹ ਮੇਰੇ ਗੋਡਿਆਂ ਦੇ ਵਿੱਚ ਦੇ ਦਿਓ ਕਹਿਣ ਲੱਗੇ ਇੱਥੇ ਦੇ ਦਿਓ ਗੋਦ ਵਿੱਚ ਕਿਉਂ ਜੇ ਮੁੱਖ ਨੂੰ ਨਿੱਘ ਮਿਲੇਗਾ ਨਾ ਤਾਂ ਸਾਰੇ ਸਰੀਰ ਨੂੰ ਨਿੱਘ ਮਿਲੇਗਾ ਕੋਈ ਲੋਈ ਨਹੀਂ ਹੈ ਬਸ ਇੱਕੋ ਹੀ ਲੀੜਾ ਜਿਹੜੀਆਂ ਆਮ ਬਜ਼ੁਰਗ ਮਾਤਾ ਸ਼ੌਲ ਲੈਂਦੀਆਂ ਉਹੋ ਹੀ ਕੋਲ ਹੈ ਕੋਈ ਕੰਬਲ ਨਹੀਂ ਸੀ ਉਹਨਾਂ ਦੇ ਕੋਲ ਪਰ ਸਾਧ ਸੰਗਤ ਜੀ ਉੱਥੇ ਮਾਤਾ ਜੀ ਬੈਠੇ ਭਜਨ ਕਰਦੇ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਭਜਨ ਦੀ ਜਾਚ ਸਿਖਾਉਂਦੇ ਹੈ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਦੱਸਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਾਰੇ ਦੱਸਿਆ ਅਤੇ ਮਾਤਾ ਜੀ ਨੂੰ ਪਤਾ ਹੈ ਵੀ ਸਾਰੇ ਕਹਿ ਰਹੇ ਹੈ ਕੱਲ੍ਹ ਨੂੰ ਬੱਚੇ ਸੂਬੇ ਕੋਲ ਜਾਣਗੇ ਵਜ਼ੀਰ ਖਾਨ ਦੇ ਕੋਲ ਜਾਣਗੇ ਮਾਤਾ ਜੀ ਨੂੰ ਵੀ ਪਤਾ ਇਹੋ ਹੀ ਵਜ਼ੀਰ ਖਾਨ ਹੈ
ਜਿਹਨੇ 8 ਮਹੀਨੇ ਸਾਨੂੰ ਆਨੰਦਪੁਰ ਸਾਹਿਬ ਘੇਰਾ ਪਾ ਕੇ ਰੱਖਿਆ ਸੀਗਾ। ਹੁਣ ਅੱਜ ਤਾਂ ਅਸੀਂ ਇਹਦੀ ਰਿਆਸਤ ਵਿੱਚ ਚੱਲ ਕੇ ਆਏ ਹਾਂ, ਇਹਦੇ ਮਹਿਲ ਦੇ ਕੋਲ ਆਏ ਹਾਂ, ਪਤਾ ਨਹੀਂ ਕੀ ਕਰਨਾ। ਅਤੇ ਮਾਤਾ ਜੀ ਨੂੰ ਇਹ ਵੀ ਦੱਸ ਦਿੱਤਾ ਸੀਗਾ ਵੀ ਮਾਈ ਤੈਨੂੰ ਨਹੀਂ ਉਹਦੀ ਕਚਹਿਰੀ ਵਿੱਚ ਖੜਨਾ, ਤੇਰੇ ਬੱਚਿਆਂ ਨੂੰ ਹੀ ਲੈ ਕੇ ਜਾਣਾ। ਅਤੇ ਸਤ ਸੰਗਤ ਜੀ ਬੁਰਜ ਦੇ ਵਿੱਚ ਚੌਂਕੜੀ ਮਾਰਦੇ ਹਾਂ ਹੀ, ਮਾਤਾ ਜੀ ਬੱਚਿਆਂ ਦੀ ਪੜ੍ਹਾਈ ਕਰਾਉਣੀ ਸ਼ੁਰੂ ਕਰ ਦਿੱਤੀ ਸੀਗੀ, ਕਚਹਿਰੀ ਵਿੱਚ ਜਾ ਕੇ ਕੀ ਬੋਲਣਾ ਹੈ। ਕਵੀ ਲਿਖਦੇ ਆ, ਜੋ ਮਾਤਾ ਜੀ ਮਾਤਾ ਗੁਜਰੀ ਜੀ ਅੱਤ ਦੀ ਠੰਡ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਬੋਲਣਾ ਸਿਖਾਉਂਦੇ ਆ, ਉਹ ਇਹ ਬੋਲ ਸਨ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਦੱਸਿਆ ਸੀ ਪੁੱਤਰੋ, ਕੱਲ ਨੂੰ ਤੁਸੀਂ ਪਹਿਲੀ ਵਾਰ ਸੂਬੇ ਦੀ ਕਚਹਿਰੀ ਵਿੱਚ ਜਾਣਾ ਹੈ, ਅਤੇ ਉੱਥੇ ਜਾ ਕੇ ਡੋਲਣਾ ਨਹੀਂ ਹੈ, ਬੜੇ ਸਵਾਲ ਜਵਾਬ ਪੁੱਛਣੇ ਹੈ। ਹਾਂ ਸੰਗਤ ਜੀ, ਕਚਹਿਰੀਆਂ ਦੇ ਵਿੱਚ ਤਾਂ ਸਵਾਲ ਜਵਾਬ ਪੁੱਛਣ ਵਾਲੇ ਵੀ ਬੜੇ ਐਕਸਪਰਟ ਹੁੰਦੇ ਆ, ਚੰਗੇ ਤੋਂ ਚੰਗਾ ਬੰਦਾ ਵੀ ਨਾ ਉਹਨਾਂ ਦੇ ਜਵਾਬ ਦੇਣ ਵਿੱਚ ਘਬਰਾ ਜਾਂਦਾ ਹੈ, ਪਜ਼ਲ ਕਰ ਦਿੰਦੇ ਆ, ਸਵਾਲ ਹੀ ਇਸ ਤਰ੍ਹਾਂ ਦੇ ਪੁੱਛਦੇ ਆ, ਗੱਲਾਂ ਹੀ ਇਸ ਤਰ੍ਹਾਂ ਦੀਆਂ ਕਰਦੇ ਆ, ਅਤੇ ਮਾਤਾ ਜੀ ਸਿੱਖਿਆ ਦਿੰਦੇ ਆ। ਦੋਵੇਂ ਸਾਹਿਬਜ਼ਾਦੇ ਸਾਹਮਣੇ ਬੈਠੇ ਆ, ਕਹੋ ਪ੍ਰੇਮ ਨਾਲ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ। ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ। ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ। ਧੰਨ ਬਾਬਾ ਫਤਿਹ ਸਿੰਘ ਸਾਹਿਬ। ਇਹ ਸਾਰਾ ਕੁਝ ਦਸਵੇਂ ਪਾਤਸ਼ਾਹ ਨੂਰੇ ਮਾਹੀ ਦੇ ਮੁਖੋਂ ਸੁਣ ਰਹੇ ਹੈ। ਲਾਗੇ ਰਾਏ ਕੱਲਾ ਸੁਣਦਾ, ਬੜਾ ਵਿਰਾਗ ਕਰ ਰਿਹਾ ਰਾਏ ਕੱਲਾ, ਇੰਨਾ ਕੁਝ ਹੋਇਆ। ਗੁਰੂ ਕੇ ਸਿੰਘ ਵਿਰਾਗ ਕਰ ਰਹੇ ਹੈ, ਮਹਾਰਾਜ ਸ਼ਾਂਤੀ ਦੇ ਨਾਲ ਸਾਰਾ ਕੁਝ ਸੁਣ ਰਹੇ ਹੈ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਪੁਰਮ ਹੈ, ਕਿਉਂਕਿ ਉਹਦਾ ਕਾਰਨ ਹੈ ਸਾਧ ਸੰਗਤ ਜੀ, ਇੱਕ ਨਾਮ ਐਸਾ ਹੈ, ਇੱਕ ਬਾਣੀ ਐਸੀ ਹੈ ਜਿਹੜੀ ਡੋਲਦਿਆਂ ਹੋਇਆਂ ਨੂੰ ਵੀ ਡੋਲਣ ਨਹੀਂ ਦਿੰਦੀ ਜੀ। ਪ੍ਰਭ ਕੀ ਬਾਣੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂੰ ਲੋਲੈ। ਉਹ ਵਾਹਿਗੁਰੂ ਆਪ ਅਡੋਲ ਹੈ, ਜਿਹੜਾ ਉਹਦਾ ਨਾਮ ਜਪਦਾ ਉਹ ਵੀ ਫਿਰ ਡੋਲਦਾ ਨਹੀਂ ਹੈ, ਜਿਹੜਾ ਬਾਣੀ ਪੜ੍ਹਦਾ ਉਹ ਕਦੀ ਡੋਲਦਾ ਨਹੀਂ ਹੈ। ਮਹਾਰਾਜ ਸਾਰੀ ਗੱਲ ਸੁਣ ਰਹੇ ਹੈ, ਮਹਾਰਾਜ ਜੋ ਮੈਂ ਲੋਕਾਂ ਕੋਲੋਂ ਸੁਣਿਆ ਰਾਤ ਦੇ ਹਨੇਰੇ ਵਿੱਚ, ਧੰਨ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦੇ ਉੱਥੇ ਅੱਤ ਦੀ ਠੰਡ ਦੇ ਵਿੱਚ ਮਹਾਰਾਜ ਰਾਤ ਰਹਿੰਦੇ ਰਹੇ ਹੈ, ਸਾਰੇ ਦਿਨ ਰਹੇ ਹੈ, ਕੋਈ ਉਹਨਾਂ ਨੂੰ ਛਕਣ ਵਾਸਤੇ ਕੁਝ ਨਹੀਂ ਦਿੱਤਾ ਗਿਆ ਮਹਾਰਾਜ ਉੱਥੇ। ਹਾਂਜੀ, ਪੁਰ ਮੈਂ ਘਰ ਘਰ ਬਾਰਤਾ ਪਸਰੀ ਸੁਧ ਸਾਰੇ, ਮਹਾਰਾਜ ਸਾਰੀ ਪੁਰੀ ਵਿੱਚ ਸਰਹੰਦ ਦੇ ਵਿੱਚ ਇਹ ਵਾਰਤਾ ਘਰ ਘਰ ਵਿੱਚ ਪਸਰ ਗਈ ਸੀ, ਸਭ ਨੂੰ ਪਤਾ ਲੱਗ ਗਿਆ ਸੀਗਾ ਗੁਰੂ ਕੀ ਮਾਤਾ ਅਤੇ ਗੁਰੂ ਕੇ ਲਾਲ ਠੰਡੇ ਬੁਰਜ ਵਿੱਚ ਲਿਆ ਕੇ ਬਿਠਾਏ ਹੋਏ ਹੈ। ਆਏ ਹਜ਼ਾਰੋਂ ਹੇਰ ਤੇ ਕਰ ਹਾਹਾਕਾਰੇ, ਮਹਾਰਾਜ ਐਸੀ ਗੱਲ ਨਹੀਂ ਹੈ, ਹਜ਼ਾਰਾਂ ਲੋਕ ਉੱਥੇ ਇਕੱਠੇ ਹੋ ਕੇ ਹਾਹਾਕਾਰ ਕਰਦੇ ਸਨ, ਰੌਲਾ ਪਾਉਂਦੇ ਸਨ, ਪਰ ਮਹਾਰਾਜ ਉਹਨਾਂ ਦੇ ਰੌਲੇ ਨੂੰ ਕਿੰਨੇ ਸੁਣਨਾ ਸੀ ਉੱਥੇ। ਹਾਂਜੀ,
ਖਾਨ ਵਜ਼ੀਦਾ ਨਿਕਸ ਕੈ ਆਇਓ ਸਭਾ ਸਥਾਨ। ਮਹਾਰਾਜ ਅਗਲਾ ਦਿਨ ਚੜ੍ਹਿਆ, ਸਾਹਿਬਜ਼ਾਦੇ ਵੀ ਜਾਗੇ ਪਿਆਰਿਓ। ਮਹਾਰਾਜ ਜਦੋਂ ਅਗਲਾ ਦਿਨ ਚੜ੍ਹਿਆ ਤੇ ਵਜ਼ੀਦ ਖਾਂ ਆਪਣੀ ਕਚਹਿਰੀ ਵਾਲੇ ਥਾਂ ਤੇ ਪਹੁੰਚਿਆ। ਹਾਂਜੀ, ਬ੍ਰਿੰਦ ਚੰਮੂ ਪਤੀ ਮਿਲ ਗਏ, ਬੈਠੇ ਮੇਲ ਮਹਾਨ। ਬ੍ਰਿੰਦ ਚੰਮੂ ਪਤ ਮਿਲ ਪਏ, ਕਈ ਮਹਾਰਾਜ ਸੈਨਾਪਤੀ ਆ ਕੇ ਉਸ ਵਜ਼ੀਰ ਖਾਂ ਦੁਸ਼ਟ ਦੇ ਲਾਗੇ ਬੈਠ ਗਏ। ਮਹਾਰਾਜ ਸਭਾ ਸੱਜ ਗਈ। ਸੁਣ ਪ੍ਰਭ ਮਾਹੀ ਕਰੈ ਬਤਾਵਨ, ਇੱਕ ਸਿੱਖ ਮੋਕੋ ਕੀਨ ਸੁਣਾਵਨ। ਮਹਾਰਾਜ ਉਸ ਕਚਹਿਰੀ ਵਿੱਚ ਜੋ ਹੋਇਆ ਉਹ ਵੀ ਮੈਨੂੰ ਇੱਕ ਸਿੱਖ ਨੇ ਦੱਸੀ ਹੈ ਗੱਲ। ਮਹਾਰਾਜ ਉਹ ਸਿੱਖ ਉਸ ਸਮੇਂ ਕਚਹਿਰੀ ਵਿੱਚ ਸੀਗਾ, ਜੋ ਉਸ ਕਚਹਿਰੀ ਵਿੱਚ ਵਰਤਿਆ ਮਹਾਰਾਜ ਉਹ ਸੁਣੋ। ਹਾਂਜੀ, ਜਥਾ ਜੋਗ ਮੈਂ ਬੂਝ ਬਿਰਤੰਤਾ, ਸੋ ਤੁਮ ਪਾਸ ਪਨੋ ਭਗਵੰਤਾ। ਜੋ ਜੋ ਮੈਨੂੰ ਪਤਾ ਲੱਗਾ ਆਪਣੇ ਕੋਲੋਂ ਕੁਝ ਨਹੀਂ ਆਖਾਂਗਾ, ਘਟਾ ਕੇ ਵੀ ਕੁਝ ਨਹੀਂ ਕਹਾਂਗਾ, ਮਹਾਰਾਜ ਹੂ ਬਹੂ ਤੁਹਾਨੂੰ ਉਸੇ ਤਰ੍ਹਾਂ ਦੱਸਾਂਗਾ। ਹਾਂਜੀ, ਮੁਗਲ ਪਠਾਨ ਦੀਵਾਨ ਮਹਾਨਾ, ਆਨ ਥੇਰੇ ਸਭ ਸਭਾ ਸਥਾਨਾ। ਮੁਗਲ ਪਠਾਨ ਵੱਡੇ ਵੱਡੇ ਦੀਵਾਨ ਵਜ਼ੀਰ ਸਾਰੇ ਆ ਕੇ ਸਭਾ ਵਿੱਚ ਆ ਕੇ ਬੈਠ ਗਏ ਸਨ, ਮਹਾਰਾਜ ਆਪ ਜੀ ਦੇ ਪੁੱਤਰਾਂ ਨੂੰ ਵੇਖਣ ਵਾਸਤੇ। ਹਾਂਜੀ, ਦੂਰ ਦੂਰ ਲੱਗ ਗਿਰਦ ਸਰਹੰਦ, ਸਰਹੰਦ ਦੇ ਆਲੇ ਦੁਆਲੇ ਦੂਰ ਦੂਰ ਤੱਕ ਜਿਹੜੇ ਹਾਕਮ ਰਹਿੰਦੇ ਸਨ। ਹੋਤੇ ਤਹਾਂ ਮਿਲ ਬੈਠੇ ਬ੍ਰਿੰਦ, ਸਾਰੇ ਆ ਕੇ ਮਹਾਰਾਜ ਉਸ ਸਭਾ ਵਿੱਚ ਬੈਠ ਗਏ। ਹਰ ਇੱਕ ਸਾਹਿਬਜ਼ਾਦਿਆਂ ਨੂੰ ਗੱਲ ਕਰਕੇ ਉਲਝਾਉਣਾ ਚਾਹੁੰਦਾ ਸੀ ਹਰ ਇੱਕ ਮਨੁੱਖ। ਹਾਂਜੀ, ਹਿੰਦੂ ਖੱਤਰੀ ਬਨਕ ਕਿਤੇਕ, ਬੜੇ ਹਿੰਦੂ ਖੱਤਰੀ ਬਾਣੀਏ। ਹਾਂਜੀ, ਪੁਰ ਜਨ ਦੇਖਣ ਹੇਤ ਅਨੇਕ, ਮਹਾਰਾਜ ਪਹਿਲੇ ਦਿਨ ਦੀ ਕਚਹਿਰੀ ਵਿੱਚ ਸਾਰੇ ਵੇਖਣ ਵਾਸਤੇ ਉੱਥੇ ਪਹੁੰਚੇ। ਹਾਂਜੀ, ਭਈ ਸਭਾ ਮੈਂ ਭੀਰ ਬਿਸਾਲਾ, ਬੈਠੇ ਜਾਲ ਖਰੇ ਨਰ ਜਾਲਾ। ਬੜੀ ਵੱਡੀ ਮਨੁੱਖਾਂ ਦੀ ਭੀੜ ਇਕੱਠੀ ਹੋ ਗਈ, ਸਭ ਲੋਕ ਇਕੱਠੇ ਹੋ ਗਏ, ਸਾਰੇ ਉਸ ਸਮੇਂ ਦੀ ਉਡੀਕ ਕਰ ਰਹੇ ਸਨ ਜਦੋਂ ਸਾਹਿਬਜ਼ਾਦਿਆਂ ਨੇ ਕਚਹਿਰੀ ਵਿੱਚ ਲੈ ਕੇ ਆਉਣਾ ਸੀਗਾ। ਹਾਂਜੀ, ਰੰਗੜ ਗ੍ਰਾਮ ਮੁਰਿੰਡੇ ਵਾਸੀ, ਮਹਾਰਾਜ ਮੁਰਿੰਡੇ ਦਾ ਰਹਿਣ ਵਾਲਾ ਇੱਕ ਰੰਗੜ ਜਿਹੜਾ ਸਰਦਾਰ ਹੈ ਉਹ ਵਜ਼ੀਦ ਖਾਂ ਦੇ ਕੋਲ ਬੈਠਾ ਸੀ। ਸੋ ਸਰਦਾਰ ਹੁਤੋ ਦਲ ਪਾਸੀ, ਹਾਂਜੀ, ਤਿਸ ਕੀ ਦਿਸ਼ਾ ਕਰੇ ਤਬ ਨੈਨਾ, ਬੋਲਿਓ ਤਬ ਵਜ਼ੀਰ ਖਾਂ ਬੈਨਾ। ਮੈਨੂੰ ਜੋ ਉਸ ਸਿੱਖ ਨੇ ਦੱਸਿਆ ਮੈਂ ਉਵੇਂ ਦੱਸ ਰਿਹਾ। ਵਜ਼ੀਰ ਖਾਂ ਨੇ ਉਹਦੇ ਵੱਲ ਵੇਖਿਆ ਤੇ ਉਹਨੂੰ ਆਖਿਆ, ਹਾਂਜੀ, ਪੁੱਤਰ ਗੁਰੂ ਕੇ ਜਹਾਂ ਬਿਠਾਏ, ਤਹਿ ਤੇ ਲੈ ਆਵੋ ਇਸ ਥਾਂ। ਕਹਿਣ ਲੱਗਾ ਜਾਓ ਗੁਰੂ ਦੇ ਪੁੱਤਰਾਂ ਨੂੰ ਲੈ ਕੇ ਆਓ ਜਿੱਥੇ ਗੁਰੂ ਦੇ ਪੁੱਤਰਾਂ ਨੂੰ ਬਿਠਾਇਆ। ਹਾਂਜੀ, ਸਾਦਰ ਮਿਰਦੁਲ ਬਾਕ ਕਰ ਕਹਿ ਕੈ, ਦਿਓ ਦਿਲਾਸਾ ਲਿਹੋ ਸਿਧਰ ਕੈ। ਜੇ ਨਾ ਆਉਣ ਤੇ ਨਿਆਣੇ ਨੇ ਬਹੁਤਾ ਜ਼ੋਰ ਨਾ ਕਰਿਓ, ਮਿੱਠੇ ਮਿੱਠੇ ਬੋਲ ਬੋਲਿਓ, ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਵਰਗਲਾ ਕੇ ਇੱਥੇ ਲੈ ਆਓ। ਹਾਂਜੀ, ਮੋਰਨਡੇਸ਼ ਸੁਣ ਕਰ ਤਹਿ ਗਯੋ, ਦਾਦੀ ਪੁੱਤਰ ਬਿਲੋਕਤ ਭਇਓ। ਮਹਾਰਾਜ ਉਹ ਸਰਦਾਰ ਰੰਗੜ, ਮਹਾਰਾਜ ਮੁਰਿੰਡੇ ਦੇ ਵਾਹਿਗੁਰੂ ਉਹ ਬਚਨ ਸੁਣ ਕੇ ਸਰਹੰਦ ਦੇ ਨਵਾਬ ਦਾ, ਅਤੇ ਫਿਰ ਮਹਾਰਾਜ ਉਹ ਮਾਤਾ ਜੀ ਦੇ ਕੋਲ ਆਇਆ, ਸਾਹਿਬਜ਼ਾਦਿਆਂ ਦੇ ਕੋਲ ਆਇਆ। ਨਿਕਟ ਪਹੁੰਚ ਬੋਲਿਓ ਸੁਨ ਮਾਈ, ਨਿਕਟ ਜਾ ਕੇ ਨਿਕਟ ਪਹੁੰਚ ਬੋਲਿਓ ਸੁਨ ਮਾਈ। ਕਹਿਣ ਲੱਗਾ ਹੇ ਮਾਤਾ, ਸਭਾ ਨਵਾਬ ਲੋਕ ਸਮੁਦਾਈ, ਸਭਾ ਨਵਾਬ ਲੋਕ ਸਮੁਦਾਈ। ਮਾਤਾ ਜਿੱਥੇ ਸਭਾ ਲੱਗੀ ਹੈ, ਜਿੱਥੇ ਬੜੇ ਨਵਾਬ ਬੈਠੇ ਹਨ, ਤਿੰਨ ਸਭ ਹੂਨ ਹੇਰ ਬੇਕਾਰਨ, ਉਹ ਸਾਰੇ ਹੀ ਮਾਤਾ ਤੇਰੇ ਪੋਤਰਿਆਂ ਨੂੰ ਵੇਖਣਾ ਚਾਹੁੰਦੇ ਹਨ, ਗੁਰਸੁੱਤ ਦੋਨੋਂ ਕਰੇ ਹਕਾਰਨ। ਇਸ ਕਰਕੇ ਮਾਤਾ ਤੇਰੇ ਦੋਵਾਂ ਪੋਤਰਿਆਂ ਨੂੰ ਹੀ ਉੱਥੇ ਸਭਾ ਦੇ ਵਿੱਚ ਵਜ਼ੀਰ ਖਾਨ ਸੱਦ ਰਿਹਾ ਹੈ। ਸੁਨਤ ਮਾਤ ਕੰਪਤ ਦੁੱਖ ਪਾਇਓ, ਮਹਾਰਾਜ ਉਸ ਸਮੇਂ ਮਾਤਾ ਜੀ ਨੇ ਬਹੁਤ ਦੁੱਖ ਅਨੁਭਵ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਤੱਕ ਵਿਛੜਾ ਨਹੀਂ ਸੀਗਾ ਦਿੱਤਾ ਮਾਤਾ ਜੀ ਨੂੰ, ਮਾਤਾ ਜੀ ਨੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਅਤੇ ਮਾਤਾ ਜੀ ਸਵਾਉਂਦੇ ਵੀ ਆਪਣੇ ਨਾਲ ਸਨ ਜੀ। ਬਾਬਾ ਜੀ 1.5 ਸਾਲਾਂ ਦੇ ਹੀ ਸਨ ਜਦੋਂ ਮਾਤਾ ਜੀ ਤੋਂ ਜੀ ਸਰੀਰ ਤਿਆਗ ਗਏ ਸਨ, ਅਤੇ ਬਾਬਾ ਫਤਿਹ ਸਿੰਘ ਜੀ ਨੂੰ ਪਾਲਣ ਵਾਲੇ ਹੀ ਮਾਤਾ ਗੁਜਰੀ ਜੀ ਹਨ।
ਮਹਾਰਾਜ ਮਾਤਾ ਜੀ ਨੇ ਬਹੁਤ ਦੁੱਖ ਅਨੁਭਵ ਕੀਤਾ ਕਿਉਂ ਪਹਿਲੀ ਵਾਰੀ ਆਪਣੇ ਸਰੀਰ ਤੋਂ ਵੱਖਰਿਆ ਕਰਨਾ ਸੀਗਾ। ਹਾਂਜੀ ਰੰਗੜ ਸੰਗ ਬਾਕ ਇਮ ਗਾਇਓ ਤੇ ਮਾਤਾ ਜੀ ਨੇ ਰੰਗੜ ਸੰਗ ਬਾਕ ਇਮ ਗਾਇਓ ਉਸ ਨੂੰ ਇਸ ਤਰ੍ਹਾਂ ਆਖਿਆ ਪੁੱਤਰ ਕੇ ਪੋਤਰੇ ਗਏ ਤਿੰਨ ਸੰਗ ਪੁਰ ਕੇ ਪੁੱਤਰ ਗਏ ਤਿੰਨ ਸੰਗ ਹਾਂਜੀ ਸੁਧ ਨਾ ਤਿੰਨਹੂੰ ਕੀ ਭਾ ਕੇ ਮਟੰਗ ਹਾਂਜੀ ਇਹ ਜੁਗ ਬਾਰਿਕ ਪਾਰਿਕ ਮੇਰੇ ਕਹਿਣ ਲੱਗੇ ਜਿਹੜੇ ਵੱਡੇ ਪੁੱਤਰ ਨੇ ਉਹ ਤੇ ਸਤਿਗੁਰੂ ਦੇ ਨਾਲ ਨੇ ਤੇ ਇਹ ਤੇ ਬਾਲਕ ਜਿਨ੍ਹਾਂ ਨੂੰ ਤੁਸੀਂ ਮੰਗ ਰਹੇ ਹੋ ਬੜੇ ਛੋਟੇ ਨੇ ਇਹਨਾਂ ਨੂੰ ਤਾਂ ਮੈਂ ਪਾਲਦੀ ਹਾਂ। ਬਹੁ ਪ੍ਰਿਤ ਪਾਰੇ ਕੀਨ ਵਡੇਰੇ ਮਸਾਂ ਮਸਾਂ ਇੰਨੇ ਵੱਡਿਆਂ ਕੀਤਾ ਹਾਂਜੀ ਸੁਨ ਰੰਗੜ ਨੇ ਜਾਨ ਸੁਣਾਈ ਪਾਰਕ ਮੇਰੇ ਭਾਖਤ ਮਾਈ ਤੇ ਮੈਂ ਨਹੀਂ ਦੇਣੇ ਪੁੱਤਰ ਮੈਂ ਨਹੀਂ ਭੇਜਣੇ ਬੱਚੇ ਕਹਿੰਦੇ ਮਹਾਰਾਜ ਉਹ ਰੰਗੜ ਫਿਰ ਗੱਲ ਸੁਣ ਕੇ ਨਾ ਆ ਕੇ ਵਜੀਦ ਖਾਂ ਨੂੰ ਕਹਿੰਦਾ ਬਜ਼ੁਰਗ ਮਾਤਾ ਆਪਣੇ ਪੋਤਰੇ ਨਹੀਂ ਦੇ ਰਹੀ। ਹਾਂਜੀ ਸੁੱਚਾ ਆਨੰਦ ਖੱਤਰੀ ਨੀਚ ਸੁੱਤਾ ਆਨੰਦ ਖੱਤਰੀ ਇੱਕ ਨੀਚ ਮਹਾਰਾਜ ਉੱਥੇ ਸਭਾ ਵਿੱਚ ਸੁੱਚਾ ਆਨੰਦ ਖੱਤਰੀ ਅੱਤ ਦਾ ਨੀਚ ਬੰਦਾ ਮਹਾਰਾਜ ਉੱਥੇ ਬੈਠਾ ਹੋਇਆ ਸੀ ਬੈਠਿਓ ਤਹਾਂ ਸਭਾ ਕੇ ਬੀਚ ਸਾਰੀ ਸਭਾ ਦੇ ਵਿੱਚ ਮਹਾਰਾਜ ਉਹ ਬੈਠਾ ਹੋਇਆ ਹਾਂਜੀ ਸੁਤਾ ਸੰਬੰਧ ਕਰਤ ਗੁਰ ਘਰ ਮੈਂ ਤੇ ਉਹ ਇਹਨਾਂ ਖਿਲਾਫ ਕਿਉਂ ਹੈ ਉਹਦਾ ਕਾਰਨ ਵੀ ਸੁਣ ਲਓ ਗੱਜ ਕੇ ਆਖੋ ਵਾਹਿਗੁਰੂ ਉਹ ਆਪਣੀ ਬੱਚੀ ਦਾ ਰਿਸ਼ਤਾ ਜਿਹੜਾ ਸੀ ਨਾ ਉਹ ਗੁਰੂ ਘਰ ਕਰਨਾ ਚਾਹੁੰਦਾ ਸੀ ਮਹਾਰਾਜ ਦੇ ਨਾਲ ਕਰਨਾ ਚਾਹੁੰਦਾ ਸੀਗਾ ਹਾਂਜੀ ਦਿਓ ਹਟਾਏ ਸੋ ਪ੍ਰਥਮ ਝਗਰ ਮੈਂ ਪਰ ਮਹਾਰਾਜ ਨੇ ਉਹ ਰਿਸ਼ਤਾ ਪ੍ਰਵਾਨ ਨਹੀਂ ਸੀ ਕੀਤਾ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਪਤਨੀ ਬਣਨਾ ਕੋਈ ਹਰ ਇੱਕ ਬੱਚੀ ਦੀ ਥੋੜ੍ਹੀ ਖੇਡ ਹੈ ਜਿਹਦੇ ਭਾਗ ਹੋਣਗੇ ਉਹ ਬਣੂ ਹਾਂਜੀ ਜਾਂ ਤੇ ਦੁਐਸ਼ ਕਰੇ ਗੁਰਸੰਗ ਇਸ ਕਰਕੇ ਜਿਹੜਾ ਸੁੱਚਾ ਆਨੰਦ ਪਾਪੀ ਸੀ ਉਹ ਗੁਰੂ ਘਰ ਨਾਲ ਈਰਖਾ ਕਰਦਾ ਹੁੰਦਾ ਸੀ ਦੁਐਸ਼ ਕਰਦਾ ਹੁੰਦਾ ਸੀ ਸੁਨਤ ਸਭਾ ਮੈਂ ਕਹਿਓ ਕੁਟੰਗ ਮਹਾਰਾਜ ਉੱਥੇ ਸਭਾ ਵਿੱਚ ਜਿਹੜਾ ਬੈਠਾ ਸੀ ਉਹਨੇ ਮੈਨੂੰ ਦੱਸਿਆ ਸੁੱਚਾ ਆਨੰਦ ਜਿਹਨੂੰ ਇਤਿਹਾਸ ਵਿੱਚ ਝੂਠਾ ਆਨੰਦ ਵੀ ਸਾਰੇ ਕਹਿੰਦੇ ਆ ਮਹਾਰਾਜ ਉਹਨੇ ਬੜੀ ਪੁੱਠੀ ਗੱਲ ਸਭਾ ਵਿੱਚ ਕੀਤੀ ਸੀ ਹਾਂਜੀ ਪਾਤਸ਼ਾਹੀ ਲਸ਼ਕਰ ਗਨਗਾਰਾ ਨਹਿ ਪੋਤਰਨ ਤਬ ਪਿਆਰ ਵਿਚਾਰਾ ਗੱਜ ਕੇ ਆਖੋ ਉਹਨੇ ਕਿਹਾ ਸੀ ਵਜ਼ੀਰ ਖਾਂ ਨੂੰ ਸੂਬਾ ਜੀ ਸਦੋ ਗੁਰੂ ਦੇ ਪੁੱਤਰਾਂ ਨੂੰ ਇਹ ਦਾਦੀ ਜਿਹੜਾ ਬਚਨ ਕਰ ਰਹੀ ਹੈ ਦਾਦੀ ਨੂੰ ਉਦੋਂ ਨਹੀਂ ਕਹਿਣ ਲੱਗਾ ਚੇਤਾ ਆਇਆ ਜਦੋਂ ਤੁਹਾਡੀਆਂ ਲੱਖਾਂ ਫੌਜਾਂ ਗੁਰੂ ਨੇ ਗਾਲ ਦਿੱਤੀਆਂ ਕਹਿਣ ਲੱਗਾ ਹੁਣ ਅਸੀਂ ਇੰਨਾ ਵੀ ਨਹੀਂ ਕੰਮ ਕਰ ਸਕਦੇ ਕਹਿਣ ਲੱਗਾ ਹਾਂਜੀ ਅਬ ਕਰ ਤਰਾਸ ਕਹੈ ਇਹ ਪਾਰਕ ਹੁਣ ਇਹ ਕਹਿੰਦੀ ਹੈ ਮੇਰੇ ਪਾਲੇ ਹੋਏ ਆ ਮੈਂ ਨਹੀਂ ਦੇਣੇ ਹਾਂਜੀ ਗੁਰ ਕੇ ਪੁੱਤਰ ਬਿਦਤ ਇਹ ਬਾਰਕ ਤੇ ਫਿਰ ਕੀ ਆ ਜੇ ਇਸ ਨੇ ਪਾਲੇ ਆ ਪਰ ਸਾਰੇ ਜਗਤ ਨੂੰ ਪਤਾ ਹੈ ਪੁੱਤਰ ਤੇ ਗੁਰੂ ਦੇ ਹੀ ਨੇ ਨਾ ਤੇ ਸਾਨੂੰ ਤੇ ਗੁਰੂ ਦੇ ਪੁੱਤਰਾਂ ਨਾਲ ਮਤਲਬ ਹੈ ਹਾਂਜੀ ਖਾਨ ਵਜ਼ੀਦ ਕਹਿਓ ਅਬ ਜਾਓ ਦੋਨੋ ਗੁਰਨੰਦਨ ਕੋ ਲਿਆਓ ਵਜ਼ੀਰ ਖਾਨ ਨੇ ਫਿਰ ਉਹ ਬੰਦਾ ਭੇਜਿਆ ਜਾਓ ਦੁਬਾਰਾ ਜਾਓ ਤੇ ਗੁਰੂ ਦੇ ਪੁੱਤਰਾਂ ਨੂੰ ਇੱਥੇ ਕਚਹਿਰੀ ਵਿੱਚ ਲੈ ਕੇ ਆਓ ਮਾਤਾ ਸੰਗ ਕਹੋ ਸਮਝਾਏ ਮਾਤਾ ਨੂੰ ਸਮਝਾਓ ਉਹਨੂੰ ਆਖੋ ਪੁੱਤਰਿਆਂ ਨੂੰ ਕੁਝ ਨਹੀਂ ਕਹਾਂਗੇ ਪਰ ਇੱਕ ਵਾਰੀ ਉਹਨਾਂ ਬੱਚਿਆਂ ਨੂੰ ਲੈ ਕੇ ਆਓ ਹੇਤ ਬਿਲੋਕਨ ਸਭਾ ਬੁਲਾਏ ਇੰਨਾ ਹੀ ਆਖੋ ਵੀ ਵੇਖਣਾ ਹੀ ਹੈ ਗੱਜ ਕੇ ਆਖੋ ਸਾਧ ਸੰਗਤ ਜੀ ਸਾਹਿਬਜ਼ਾਦਿਆਂ ਨੂੰ ਆਪਣੀਆਂ ਗੱਲਾਂ ਵਿੱਚ ਫਸਾਉਣਾ ਚਾਹੁੰਦੇ ਸਨ ਪਰ ਉੱਤੋਂ ਇਹੋ ਕਹਿੰਦੇ ਸੀ ਵੀ ਬਸ ਵੇਖਣਾ ਹੀ ਹੈ ਪੋਤਰੇ ਮਾਈ ਹਾਂਜੀ ਅਪਰ ਬਾਤ ਕੁਛ ਕਹੇ ਨਾ ਕੋਈ ਉਹਨਾਂ ਨੂੰ ਕੋਈ ਬਚਨ ਨਹੀਂ ਕਹੇਗਾ ਤੁਜ ਢਿੱਗ ਹੀ ਪਹੁੰਚਾਵੇਂ ਦੋਈ ਫਿਰ ਦੋਵੇਂ ਪੋਤਰੇ ਮਾਤਾ ਨੂੰ ਆਖੋ ਤੇਰੇ ਕੋਲ ਪਹੁੰਚਾ ਦਿਆਂਗੇ ਬਸ ਇੱਕ ਵਾਰ ਵੇਖਣਾ ਹੀ ਹੈ ਮੋਰੰਡੇ ਸ਼ਰੰਗੜ ਪੁਨ ਆਇਓ ਨਿਕਟ ਮਾਤ ਕੇ ਹੋਏ ਅਲਾਇਓ ਉਹ ਬੰਦਾ ਮਹਾਰਾਜ ਫਿਰ ਮਾਤਾ ਜੀ ਦੇ ਕੋਲ ਗਿਆ ਉਹਨੇ ਮਾਤਾ ਜੀ ਨੂੰ ਫਿਰ ਆਖਿਆ ਪਿਖੇ ਨਵਾਬ ਪਠਾਵੇਂ ਫੇਰ ਚਾਹਤ ਸਭਾ ਬਿਖੇ ਇੱਕ ਵੇਰ ਮਾਤਾ ਵਜ਼ੀਰ ਖਾਂ ਤੇਰੇ ਪੋਤਰਿਆਂ ਨੂੰ ਵੇਖਣਾ ਹੀ ਚਾਹੁੰਦਾ ਹੈ ਬਸ ਫਿਰ ਪਿਆਰਿਓ ਮਾਤਾ ਜੀ ਨੇ ਪੋਤਰੇ ਭੇਜੇ ਜਾਣ ਲੱਗਿਆਂ ਫਿਰ ਆਖਿਆ ਬੱਚਿਓ ਉੱਥੇ ਡੋਲਣਾ ਨਹੀਂ ਹੈ ਫਤਿਹ ਬੁਲਾਉਣੀ ਹੈ ਵਾਹਿਗੁਰੂ ਵਾਹਿਗੁਰੂ ਜਪਣਾ
ਤੇ ਸਾਹਿਬਜ਼ਾਦੇ ਫਿਰ ਪਹਿਲੇ ਦਿਨ ਕਚਹਿਰੀ ਵਿੱਚ ਜਾਣਗੇ। ਆਓ ਬੜੇ ਪਿਆਰ ਨਾਲ ਪਹਿਲਾਂ ਉਹ ਪੰਕਤੀ ਪੜ੍ਹੋ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਸੂਬੇ ਦੀ ਕਚਹਿਰੀ ਵਿੱਚ ਕਦੇ ਵੀ ਨਾ ਡੋਲਿਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਬੋਲਿਓ। ਬਸ ਫਿਰ ਜਿਉਂ ਹੀ ਸਾਹਿਬਜ਼ਾਦੇ ਸਾਧ ਸੰਗਤ ਜੀ ਕਚਹਿਰੀ ਨੂੰ ਤੁਰੇ, ਪਤਾ ਨਹੀਂ ਕਿਹੜੀਆਂ ਤਾਕਤਾਂ ਪ੍ਰਵੇਸ਼ ਕਰ ਗਈਆਂ, ਜਿਹੜੇ ਜਵਾਬ ਦਿੱਤੇ, ਨਿਹਾਲ ਕਰ ਦਿੱਤਾ ਇੱਕ ਵਾਰੀ ਸਾਧ ਸੰਗਤ ਜੀ ਸਾਰੀ ਸਿੱਖ ਕੌਮ ਨੂੰ। ਸਿਰ ਤਾਂ ਹੋ ਜਾਂਦੇ ਆ ਜਦੋਂ ਆਪਾਂ ਆਪਣੇ ਬਾਬਿਆਂ ਦੇ ਸਵਾਲਾਂ ਦੇ ਜਵਾਬ ਸੁਣਦੇ ਹਾਂ, ਜਿਹੜੇ ਜਿਹੜੇ ਜਵਾਬ ਦਿੱਤੇ ਆ। ਇੱਕ ਵਾਰੀ ਵੀਰ ਰਸ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜਦੋਂ ਉਹਨਾਂ ਦੇ ਸਵਾਲਾਂ ਦੇ ਜਵਾਬ ਸਰਵਣ ਕਰਦੇ ਹਾਂ। ਸੋ ਸਾਧ ਸੰਗਤ ਜੀ, ਉਹ ਆਪਾਂ ਕੱਲ੍ਹ ਨੂੰ ਪ੍ਰਸੰਗ ਸਰਵਣ ਕਰਾਂਗੇ। ਜਿਵੇਂ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਭ ਸੰਗਤਾਂ ਦਾਸ ਦੀਆਂ ਭੁੱਲਾਂ ਨੂੰ ਖਿਮਾ ਕਰਦੇ ਹੋਏ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।